12:19 ਜੀ, ਤੇ ਡੋਗਸ ਬਾਰੇ ਆਪਣੀ ਅਗਲੀ ਜਿਹੜੀ ਸੈਗਮੈਂਟ ਹੈ, ਦੋ ਆਪਾਂ ਕਰ ਚੁੱਕੇ ਹਾਂ, ਉੱਗੇ ਡੋਗ ਬਰੀਡਰ ਸ਼ਕਲਦੀਪ ਸਿੰਘ ਤੱਖਰ ਗੱਲਬਾਤ ਕਰਨਗੇ। ਬਹੁਤ ਵੱਡਾ ਵਿਸ਼ਾ ਇਹ, ਜਦ ਤੁਸੀਂ ਇਹਦੇ ਥਰੂ ਜਾ ਰਹੇ ਹੋ, ਮੋਸਟਲੀ ਜਿਹੜੇ ਤੁਸੀਂ ਮੈਸੇਜ ਕੀਤੇ ਪਿਛਲੋਂ ਅਰਾਊਂਡ ਦਾ ਵਰਲਡ, ਜਿੱਥੇ ਵੀ ਸੁਣਦੇ ਹੋ, ਮੈਂ ਹੈਰਾਨ ਹੋ ਗਿਆ ਕਿ ਤੁਸੀਂ ਇੰਨਾ ਫਾਇਦਾ ਲੈ ਰਹੇ ਹੋ ਇਹ ਗੱਲਾਂ ਬਾਤਾਂ ਤੋਂ। ਇਹਦਾ ਮਤਲਬ ਅਸੀਂ ਸੱਖਣੇ ਸਾਂ ਵੀ ਕੁੱਤੇ ਕਿਵੇਂ ਪਾਲੇ ਜਾਂਦੇ ਆ, ਇਹ ਗੱਲ ਇਹ ਮੈਂ ਗੱਲ ਤੇ ਆ ਕੇ ਖੜਿਆ। ਬਹੁਤ ਚੀਜ਼ਾਂ ਜਿਹੜੀਆਂ ਨਵੀਆਂ ਉਹ ਦੱਸ ਰਹੇ ਨੇ, ਤੇ ਇੱਕ ਬਹੁਤ ਫੁੱਲ ਟਾਈਮ ਜੋਬ ਆ ਜਦੋਂ ਤਿਆਰ ਹੋ ਰਿਹਾ, ਜਦੋਂ ਜਵਾਨ ਹੋ ਗਿਆ, 2 ਸਾਲ ਦਾ ਹੋ ਗਿਆ, 2.5 ਸਾਲ ਦਾ ਹੋ ਗਿਆ, ਫਿਰ ਤੁਸੀਂ ਥੋੜਾ ਬਹੁਤਾ ਸੌਖ 'ਚ ਹੋ ਸਕਦੇ, ਪਰ ਪਹਿਲੇ ਸਾਲ 2 ਸਾਲ ਦਾ ਬਹੁਤ ਕੰਮ ਹੈ। ਜੇ ਤੁਸੀਂ ਡੋਗ ਟ੍ਰੇਨ ਨਹੀਂ ਕੀਤਾ, ਫਿਰ ਉਹ ਤੁਹਾਡੇ ਲਈ ਸਿਰਦਰਦੀ ਹੈ, ਤੇ ਇੱਕ ਦਿਨ ਤੁਹਾਡੀ ਜ਼ਿੰਦਗੀ ਦਾ ਉਹ ਅੰਗ ਆ, ਤੁਹਾਨੂੰ ਛੱਡਣਾ ਪੈਣਾ, ਤੇ ਫਿਰ ਤੁਸੀਂ ਮੂਰਛਾ 'ਚ ਜਾਣਾ, ਮਨੋਰੋਗੀ ਹੋਣਾ, ਕਿਉਂਕਿ ਉਹ ਜ਼ਿੰਦਗੀ ਦਾ ਅਟੁੱਟ ਅੰਗ ਹੈ। ਬਾਈ ਜੀ, ਤੁਹਾਡਾ ਸਵਾਗਤ। ਅੱਖਰ ਸਾਹਿਬ, ਸਤਿ ਸ੍ਰੀ ਅਕਾਲ ਜੀ। ਗਿਓ ਸਾਹਿਬ, ਧੰਨਵਾਦ ਤੁਹਾਡਾ ਜੀ, ਤੁਹਾਡੇ ਸੁਣਨ ਵਾਲਿਆਂ ਸਾਰਿਆਂ ਤੇ ਆ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਮਾਲਕ ਦਾ ਧੰਨਵਾਦ, ਉਹਨੇ ਮੈਨੂੰ ਇਸ ਕਾਬਲ ਬਣਾਇਆ ਹੋਇਆ ਮੈਂ ਬੈਠਾ ਤੁਹਾਡੇ ਸਾਹਮਣੇ। ਬਹੁਤ ਸਾਰੇ ਮੈਸੇਜਿਸ ਆਏ ਜੀ ਫੇਰ ਇਸ ਹਫਤੇ, ਅਣਗਿਣਤ ਮੈਸੇਜਿਸ ਤੇ ਅਣਗਿਣਤ ਫੋਨ ਕਾਲਸ ਆਉਣ ਲੱਗ ਗਏ ਜੀ, ਵੱਖਰੇ ਵੱਖਰੇ ਤਰ੍ਹਾਂ ਦੇ ਕੁਐਸਚਨਸ ਨੇ ਲੋਕਾਂ ਦੇ। ਕੋਸ਼ਿਸ਼ ਕਰਾਂਗੇ ਜੀ ਆਪਾਂ ਅੱਜ ਬਹੁਤੇ ਸਾਰੇ ਡਿਸਕਸ ਕਰ ਸਕੀਏ। ਇਹ ਇੱਕ ਐਡਾ ਵੱਡਾ ਜਿਵੇਂ ਤੁਸੀਂ ਕਹਿ ਕੇ ਹਟੋ ਵਿਸ਼ਾ, ਇੱਕ ਸਮਅਪ ਨਹੀਂ ਕੀਤਾ ਜਾ ਸਕਦਾ ਜੀ। ਤੇ ਜਿਹੜਾ ਫੇਜ਼ ਆਪਾਂ ਅੱਜ ਜਿਹੜਾ ਆਪਾਂ ਅੱਜ ਐਪੀਸੋਡ ਕਰਨ ਲੱਗੇ ਹਾਂ, ਅੱਜ ਸੈਗਮੈਂਟ ਕਰਾਂਗੇ ਜੀ, ਇਹ ਉਹ ਸੈਗਮੈਂਟ ਹੈ ਜਿਹਦੇ ਬਾਰੇ ਬਹੁਤਾ ਕੁਛ ਫਿਜ਼ੀਕਲੀ ਦੱਸਿਆ ਜਾ ਸਕਦਾ, ਕਰਕੇ ਸਿਖਾਇਆ ਦਿਖਾਇਆ ਜਾ ਸਕਦਾ, ਗੱਲਾਂ ਬਾਤਾਂ ਨਾਲ ਫੋਨ ਤੇ ਜਾਂ ਆਪਾਂ ਰੇਡੀਓ ਦੇ ਮਾਧਿਅਮ ਦੇ ਰਾਹੀਂ ਦੱਸਣਾ। ਟ੍ਰੇਨਿੰਗ ਵਾਲਾ ਬਹੁਤ ਔਖਾ ਐਪੀਸੋਡ ਹੈ ਜੀ, ਕਿਉਂਕਿ ਮੈਂ ਤੁਹਾਨੂੰ ਸਮਝਾ ਨਹੀਂ ਸਕਦਾ ਵੀ ਕੁੱਤੇ ਦੀ ਪੋਜੀਸ਼ਨ ਜਿਹੜੀ ਕਿੱਥੇ ਹੋਣੀ ਚਾਹੀਦੀ ਹੈ, ਉਹਦਾ ਮੂੰਹ ਕਿਹੋ ਜਿਹਾ ਹੋਣਾ ਚਾਹੀਦਾ, ਕਿੱਥੇ ਅੱਖਾਂ ਨਾਲ ਕੰਬੀਨੇਸ਼ਨ ਬਣਨਾ, ਇਹ ਤਾਂ ਦਿਖਾਈਆਂ ਜਾ ਸਕਦੀਆਂ ਚੀਜ਼ਾਂ। ਉਹਨੂੰ ਪ੍ਰੋਪਰ ਹੀਲਿੰਗ ਕਿਵੇਂ ਕਰਾਉਣੀ ਹੈ, ਉਹਨੂੰ ਬਿਠਾਉਣਾ ਕਿਵੇਂ ਹੈ, ਅਸੀਂ ਜਨਰਲ ਜਿਹਾ ਇੱਕ ਟੌਪਿਕ ਲੈ ਕੇ ਅੱਜ ਚੱਲਾਂਗੇ ਜੀ, ਉਹਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕਰਨਾ ਕੀ ਹੈ, ਹੋਣੇ ਕਿਹੜੇ ਕਿਹੜੇ ਫੇਜ਼ ਚਾਹੀਦੇ, ਕਿੱਥੋਂ ਆਪਾਂ ਸਟਾਰਟ ਕਰਨਾ ਤੇ ਕਿੱਥੇ ਕੁੱਤਾ ਲੈ ਕੇ ਜਾਣਾ ਜਾਂ ਕੋਈ ਵੀ ਪੱਪੀ ਲੈ ਕੇ ਜਾਣਾ। ਸੋ ਕੋਸ਼ਿਸ਼ ਕਰਾਂਗੇ ਜੀ, ਵੱਧ ਤੋਂ ਵੱਧ ਜਿੰਨੇ ਵੀ ਤੁਹਾਡੇ ਕੁਐਸਚਨ ਸੀਗੇ ਅੱਜ ਆਨਸਰ ਕਰ ਸਕਾਂ ਜੀ। ਸੋ ਟ੍ਰੇਨਿੰਗ ਦਾ ਅੱਜ ਆਪਾਂ ਐਪੀਸੋਡ ਸ਼ੁਰੂ ਕਰ ਰਹੇ ਹਾਂ। ਹਾਂਜੀ ਗਿੱਲ ਸਾਹਿਬ, ਅੱਜ ਆਪਾਂ ਟ੍ਰੇਨਿੰਗ ਸ਼ੁਰੂ ਕਰ ਰਹੇ ਹਾਂ ਜੀ। ਪਹਿਲੀ ਜਿਹੜੀ ਟ੍ਰੇਨਿੰਗ ਦੀ ਹੈ ਜੀ, ਵੀ ਤੁਸੀਂ ਬਹੁਤੀਆਂ ਚੀਜ਼ਾਂ ਪੱਪੀ ਦੇ ਉੱਤੇ ਨਾ ਐਕਸਪੈਕਟ ਕਰੋ ਵੀ ਇੱਕਦਮ ਹੀ ਕਰ ਦੂਗਾ ਉਹ, ਕਿਉਂਕਿ ਉਹਨੇ ਇੱਕ ਦਿਨ ਚ ਗ੍ਰੈਜੂਏਟ ਨਹੀਂ ਹੋਣਾ ਜੀ। ਆਪਾਂ ਪਿਛਲੇ ਐਪੀਸੋਡ ਚ ਗੱਲ ਕੀਤੀ ਹੈ, ਐਲੀਮੈਂਟਰੀ ਸਕੂਲ ਦੇ ਵਿੱਚ ਬੱਚਾ ਜਾਊਗਾ ਜੀ, ਉਹਨੇ ਫਿਰ ਹੌਲੀ ਹੌਲੀ ਉਹਨੇ 7 ਸਾਲਾਂ ਦੇ ਵਿੱਚ ਹੀ ਗ੍ਰੇਡ 7 ਚ ਜਾਣਾ, ਉਹਨੇ ਜੀ ਫਿਰ ਗਾਹਾਂ 5 ਸਾਲਾਂ ਦੇ ਵਿੱਚ ਹੀ ਉਹਨੇ ਗ੍ਰੇਡ 12 ਪਾਸ ਕਰਨੀ ਹੈ ਤੇ ਫਿਰ ਉਹਨੇ ਡਿਗਰੀ ਕਰਨੀ ਹੈ। ਆਪਾਂ ਇੱਕ ਪੱਪੀ ਤੋਂ ਇਹ ਐਕਸਪੈਕਟ ਨਹੀਂ ਕਰ ਸਕਦੇ ਵੀ ਅਸੀਂ ਉਹਨੂੰ ਇੱਕ ਹਫਤਾ ਘਰੇ ਲਿਆਂਦੇ ਨੂੰ ਹੋਇਆ ਜੇ ਜਾਂ ਸਾਨੂੰ ਮਹੀਨਾ ਹੋ ਗਿਆ, ਮਹੀਨੇ ਦੇ ਵਿੱਚ ਹੀ ਉਹ ਗ੍ਰੈਜੂਏਟ ਹੋ ਜਾਏ। ਇਹ ਗ੍ਰੈਜੂਏਸ਼ਨ ਪ੍ਰੋਸੈਸ ਹੈ ਜੀ, ਇਹ ਹੌਲੀ ਹੌਲੀ ਚੱਲਣੀ ਹੈ, ਫੇਜ਼ ਬਾਏ ਫੇਜ਼ ਚੱਲਣੀ ਹੈ। ਆਪਾਂ ਕੋਸ਼ਿਸ਼ ਕਰਾਂਗੇ ਜਿਵੇਂ ਪੱਪੀ ਪਹਿਲਾਂ ਤੋਂ ਸਟਾਰਟ ਕਰਾਂਗੇ ਜੀ ਪੱਪੀ ਨੂੰ, ਆਪਾਂ ਘਰੇ ਲੈਣ ਦਾ ਪਿਛਲੇ ਐਪੀਸੋਡ ਦੇ ਵਿੱਚ ਸੈਗਮੈਂਟ ਦੇ ਵਿੱਚ ਕਵਰ ਕੀਤਾ, ਆਪਾਂ ਪੱਪੀ ਘਰੇ ਲੈਣ ਦਾ ਆਪਾਂ ਕਿਹੜੀਆਂ ਚੀਜ਼ਾਂ ਦੇਖਣੀਆਂ, ਕਿਹੜੀਆਂ ਚੀਜ਼ਾਂ ਨਹੀਂ। ਹੁਣ ਅੱਜ ਆਪਾਂ ਟ੍ਰੇਨਿੰਗ ਤੇ ਗੱਲ ਸ਼ੁਰੂ ਕਰਨ ਲੱਗੇ ਜੀ, ਟ੍ਰੇਨਡ ਕਿਵੇਂ ਕਰਨਾ ਪੱਪੀ ਨੂੰ। ਪਹਿਲੀ ਗੱਲ ਤੇ ਜੀ, ਜਿਹੜਾ ਵੀ ਤੁਸੀਂ ਨਾਂ ਚੂਜ਼ ਕਰਦੇ ਹੋ ਸਿੰਗਲ ਸਿਲੇਬਲ ਯੂਜ਼ ਕਰੋ, ਬਹੁਤਾ ਲੰਬਾ ਚੌੜਾ ਨਾਂ ਨਾ ਰੱਖੋ। ਅੱਛਾ, ਤੁਹਾਡੇ ਕੁੱਤੇ ਦਾ ਨਾਂ ਮਾਂਬਾ ਰੱਖਿਆ ਹੋਇਆ, ਬਹੁਤ ਵਧੀਆ, ਇੱਕ ਸਿੰਗਲ ਸਿਲੇਬਲ ਆ, ਕੁੱਤਾ ਛੇਤੀ ਅੰਡਰਸਟੈਂਡ ਕਰਦਾ ਤੇ ਫੋਲੋ ਕਰਦਾ ਜੀ। ਅੱਜ ਆਪਾਂ ਦੇਖਾਂ ਉਹਨੂੰ ਨਾਂ ਤੋਂ ਪਹਿਲਾਂ ਉਹਨੇ ਨਾਂ ਦੀ ਰੈਕਗਨੇਸ਼ਨ ਕਰਾਓ, ਉਹਨੂੰ ਪਤਾ ਵੀ ਹੈ ਮੇਰੇ ਨਾਂ ਦਾ, ਪਹਿਲੀ ਗੱਲ ਜੀ। ਜੇ ਉਹਨੂੰ ਨਾਂ ਦਾ ਹੀ ਨਹੀਂ ਆਪਣੇ ਦਾ ਪਤਾ ਜੀ, ਆਪਾਂ ਇਹ ਕੋਸ਼ਿਸ਼ ਕਰਾਂਗੇ ਨਾਂ ਕਿਵੇਂ ਸਿਖਾਇਆ ਜਾਵੇ। ਕੁੱਤੇ ਨੂੰ ਕਾਲ ਕਰੋ, ਪਹਿਲਾਂ ਉਹਨੂੰ 2-4 ਵਾਰ ਕਾਲ ਕਰੋ ਜੀ, 5 ਵਾਰ ਕਾਲ ਕਰੋ, ਉਹਨੂੰ ਕੁਛ ਨਾ ਕਹੋ, ਉਹਨੂੰ ਕੋਈ ਨਾਂ ਨਾ, ਉਹਨੂੰ ਡਿਸਟਰੈਕਟ ਕਰੋ, ਉਹਨੂੰ ਵਿਸਲ ਮਾਰ ਕੇ ਕਰੋ, ਉਹਨੂੰ ਆਵਾਜ਼ ਕਰਕੇ ਪੁਚਕਾਰ ਕੇ ਜਿਵੇਂ ਆਪਾਂ ਕਹਿੰਦੇ ਉਵੇਂ ਕਰੋ, ਕਿਸੇ ਵੀ ਤਰ੍ਹਾਂ ਕਰੋ, ਉਹਦੀ ਅਟੈਂਸ਼ਨ ਆਪਣੇ ਵੱਲ ਦਵਾਓ। ਜਦੋਂ ਅਟੈਂਸ਼ਨ ਤੁਹਾਡੇ ਵੱਲ ਹੁੰਦੀ ਹੈ ਜੀ, ਉਹਨੂੰ ਟ੍ਰੀਟ ਦਿਓ ਕੋਈ ਨਾ ਕੋਈ। ਅੱਛਾ ਜੀ, ਉਹਦੇ ਨਾਲ ਖੇਡਦੇ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਟ੍ਰੀਟ ਦੇਣੀ, ਤੇ ਉਹ ਆਪਾਂ ਟ੍ਰੀਟ ਉਹ ਚੂਜ਼ ਕਰਨੀ ਹੈ ਜਿਹੜੀ ਆਪਾਂ ਰੈਗੂਲਰ ਡੋਗ ਫੂਡ ਚ ਨਹੀਂ ਪਾਉਂਦੇ ਉਹਨੂੰ। ਅੱਛਾ ਜੀ, ਅਲੱਗ, ਬਿਲਕੁਲ ਅਲੱਗ ਹੋਣੀ ਚਾਹੀਦੀ, ਕਿਉਂਕਿ ਰਿਵਾਰਡ ਹੈ ਉਹਦਾ ਇਹ। ਓਕੇ, ਉਹਦੇ ਲਈ ਇਹ ਇੱਕ ਡਿਜ਼ਰਟ ਵਾਲੀ, ਜਿਵੇਂ ਆਪਾਂ ਖਾਣੇ ਤੋਂ ਬਾਅਦ ਡਿਜ਼ਰਟ ਆ, ਇਹ ਉਹ ਚੀਜ਼ ਹੈ। ਅੱਛਾ, ਇਹ ਡਿਜ਼ਰਟ ਵਾਂਗੂ ਆਪਾਂ ਉਹਨੂੰ ਦੇਣੀ ਹੈ, ਕੋਈ ਵੱਖਰੀ ਚੀਜ਼ ਦੇਣੀ ਜਿਹੜੀ ਉਹਦੇ ਰੈਗੂਲਰ ਖਾਣੇ ਚ ਨਹੀਂ। ਮੈਂ ਪ੍ਰੈਫਰ ਕਰਦਾ ਜੀ, ਬਲੋਨੀ ਹੁੰਦੀ ਹੈ ਜਾਂ ਹੈਮ ਆ, ਜਾਂ ਛੋਟੇ ਛੋਟੇ ਉਹਦੇ ਪੀਸ ਲੈ ਲਓ, ਜਾਂ ਇੱਕ ਹੌਟ ਡੋਗ ਕੱਟ ਲਓ,
ਤੇ ਓਹਦੇ ਛੋਟੇ ਛੋਟੇ ਪੀਸ ਕਰ ਲੋ, ਏਡਾ ਵੱਡਾ ਪੀਸ ਨਾ ਕੱਟੋ ਓਹਦੇ ਗਲ ਚ ਫਸ ਜੇ ਕਿਉਂਕਿ ਅਜੇ ਪੱਪੀ ਹੈ ਜਾਂ ਛੋਟਾ ਡੋਗ ਹੈ। ਸੋ ਛੋਟੇ ਪੀਸ ਕਰੋ ਤੇ ਉਹ ਹੋਟ ਡੋਗਸ ਨਾਲ ਟਰਾਈ ਕਰੋ, ਉਹ ਜਦੋਂ ਵੀ ਉਹਨੂੰ ਦੋ ਚਾਰ ਵਾਰੀ ਪਚਕਾਰ ਕੇ ਸੱਦ ਦਿਓ, ਕਿਸੇ ਵੀ ਤਰ੍ਹਾਂ ਨੂੰ ਖੜਕਾ ਕਰਕੇ ਸੱਦ ਦਿਓ, ਉਹਨੂੰ ਹੱਥ ਮਾਰ ਕੇ ਫਲੋਰ ਤੇ ਸੱਦ ਦਿਓ। ਸੋ ਜਦੋਂ ਵੀ ਆਉਂਦਾ ਤੁਹਾਡੇ ਕੋਲ, ਤੁਹਾਡੇ ਵੱਲ ਟੈਂਸ਼ਨ ਪੇ ਕਰਦਾ, ਤੁਹਾਡੇ ਵੱਲ ਦੇਖਦਾ, ਉਹਨੂੰ ਟ੍ਰੀਟ ਦੋ ਜੀ। ਫਿਰ ਜੇ ਪੰਜ ਸੱਤ ਦਸ ਵਾਰ ਤੁਸੀਂ ਕਰਦੇ ਹੋ, ਇੱਕ ਜਾਂ ਦੋ ਦਿਨ ਲੱਗ ਜਾਂਦੇ ਨੇ, ਉਦੋਂ ਬਾਅਦ ਉਹਦਾ ਨਾ ਕਾਲ ਕਰਨ ਲੱਗ ਜਾਓ। ਅੱਛਾ, ਹਰ ਵਾਰੀ ਨਾ ਕਾਲ ਕਰੋ, ਜਿੰਨੀ ਵਾਰੀ ਤੁਹਾਡੇ ਵੱਲ ਦੇਖੂਗਾ ਜੀ ਤਾਂ ਓਨੀ ਵਾਰੀ ਉਹਨੂੰ ਟ੍ਰੀਟ ਦੋ। ਵਿਦ ਇਨ ਤੁਸੀਂ ਤਿੰਨ ਦਿਨਾਂ ਦੇ ਜੇ ਮਿਹਨਤ ਕਰਦੇ ਹੋ ਤੇ ਕੁੱਤੇ ਨੂੰ ਆਪਣਾ ਨਾਂ ਰੈਕਗਨਾਈਜ਼ ਕਰਨ ਲੱਗ ਜਾਂਦਾ। ਅੱਛਾ ਜੀ, ਪੱਕਾ ਉਹ ਫੀਲ ਕਰਦਾ ਵੀ ਮੇਰਾ ਇਹ ਨਾਂ। ਹਾਂਜੀ, ਉਹਨੂੰ ਪਤਾ ਲੱਗ ਜਾਂਦਾ ਜੀ, ਉਹ ਟ੍ਰੀਟ ਨੂੰ ਇੱਕ ਰਿਵਾਰਡ ਨੂੰ ਤੇ ਆਪਣੇ ਨਾਂ ਨੂੰ ਉਹ ਇੰਟਰ ਰਿਲੇਟ ਕਰਨ ਲੱਗ ਜਾਂਦਾ। ਉਹਦੇ ਦਿਮਾਗ ਚ ਹੋ ਜਾਂਦਾ ਇਹੀ ਅੱਖਰ ਕਹਿੰਦਾ ਉਹ, ਤੇ ਮੈਨੂੰ ਟ੍ਰੀਟ ਮਿਲਦੀ ਹੈ। ਮੈਂ ਹੈਰਾਨ ਹੋ ਗਿਆ ਜੀ ਵੀਡੀਓ ਦੇਖ ਦੇਖ, ਟ੍ਰੀਟ ਦੇ ਆਲੇ ਦੁਆਲੇ ਤੁਸੀਂ ਜਿਹੜੇ ਬਰੀਡਰ ਹੋ, ਜਿਹੜੇ ਟ੍ਰੇਨਰ ਹੋ, ਕਿਵੇਂ ਕਮਾਉਂਦੇ ਹੋ ਡੋਗ? ਕੀ ਕੁਛ ਕਰਦਾ? ਇਹੀ ਰਿਵਾਰਡ ਦੋ ਤਰ੍ਹਾਂ ਨਾਲ ਹੀ ਡੋਗ ਟ੍ਰੇਨਡ ਹੁੰਦੇ ਆ ਜੀ, ਇੱਕ ਪਰੇ ਡਰਾਈਵ ਹੈ ਡੋਗ ਦੇ ਵਿੱਚ, ਇੱਕ ਫੂਡ ਡਰਾਈਵ ਆ। ਦੋਵੇਂ ਡਰਾਈਵ ਹੋਣੀਆਂ ਜ਼ਰੂਰੀ ਨੇ ਕਿਸੇ ਕੁੱਤੇ ਦੇ ਵਿੱਚ, ਕਿਸੇ ਪੱਪੀ ਜਾਂ ਬਰੀਡ ਦੇ ਵਿੱਚ। ਸਪੈਸੀਫਿਕ ਬਰੀਡ ਦੇ ਵਿੱਚ ਫੂਡ ਡਰਾਈਵ ਬਹੁਤ ਜ਼ਿਆਦਾ। ਤੁਸੀਂ ਦੇਖਿਆ ਹੋਣਾ ਘਰਾਂ ਦੇ ਵਿੱਚ ਆਮ ਆਪਣੇ ਡੋਗਸ ਰੱਖੇ ਹੋਏ ਨੇ, ਕਿਸੇ ਦਾ ਜਿਹੜਾ ਪੱਪੀ ਜਾਂ ਡੋਗ ਹੈ ਉਹ ਫੂਡ ਲਈ ਬਹੁਤ ਕੁਛ ਕਰਦਾ। ਜਦੋਂ ਫੂਡ ਪਾਉਂਦੇ ਆ, ਫੂਡ ਦੇ ਦੁਆਲੇ ਦੁਆਲੇ ਫਿਰਦਾ ਰਹਿੰਦਾ, ਤੁਹਾਡੇ ਅੱਗੇ ਪਿੱਛੇ ਫੂਡ ਲਈ ਫਿਰਦਾ ਜੀ। ਦੂਜੇ ਕੁੱਤੇ ਨੇ ਜੀ, ਕਈ ਵਰਕਿੰਗ ਲਾਈਨ ਚ ਨੇ, ਉਹ ਫੂਡ ਦੀ ਪਰਵਾਹ ਨੀ ਜੀ ਕਰਦੇ, ਉਹ ਪ੍ਰੇ ਲਈ ਜਾਂਦੇ ਜੀ। ਕੋਈ ਚੀਜ਼ ਸ਼ਿਕਾਰ ਹੈ, ਕੋਈ ਟੋਏ ਹੈ, ਕੋਈ ਚੀਜ਼ ਹੈਲਦੀ ਹੈ, ਉਹਦੇ ਤੇ ਜਾਂਦੇ ਨੇ। ਮੇਰੇ ਕੋਲ ਇਸ ਵੇਲੇ ਤਿੰਨ ਪਾਪੀ ਪੁਲਿਸ ਟ੍ਰੇਨਿੰਗ ਪ੍ਰੋਗਰਾਮ ਚ ਨੇ, ਸੋ ਉਹ ਸਾਰੇ ਹੀ ਪ੍ਰੇ ਡਰਾਈਵ ਨੇ। ਬਿਲਕੁਲ, ਤੁਹਾਨੂੰ ਉਹ ਕਰਾਉਣਾ? ਹਾਂਜੀ, ਉਹ ਸਾਨੂੰ ਕਰਾਉਣਾ ਪੈਂਦਾ ਜੀ ਉਹ, ਕਿਉਂਕਿ ਉਹ ਫੂਡ ਦੀ ਪਰਵਾਹ ਹੀ ਨੀ ਕਰਦੇ। ਮੈਂ ਹੱਥ ਬਚਪਨ ਤੋਂ ਉਹਨਾਂ ਨੂੰ, ਬੱਚੇ ਹੁੰਦਿਆਂ ਤੋਂ ਹੱਥਾਂ ਦੇ ਵਿੱਚ ਲੈ ਲੈ ਕੇ ਫੂਡ ਦੇਖ ਲਿਆ ਜੀ। 8 ਹਫ਼ਤਿਆਂ ਤੋਂ ਟਰਾਈ ਕਰ ਕਰਕੇ, ਫੂਡ ਡਰਾਈਵ ਹੈ ਹੀ ਨੀ ਸੀ ਉਹਨਾਂ ਦੀ, ਬਹੁਤ ਘੱਟ ਲੋ ਫੂਡ ਡਰਾਈਵ ਆ, ਪ੍ਰੇ ਡਰਾਈਵ ਆ। ਜਦੋਂ ਤੁਸੀਂ ਟੋਏ ਚੱਕਦੇ ਹੋ, ਉਹ ਪਾਗਲਾਂ ਵਾਂਗੂ ਹੋ ਜਾਂਦੇ, ਉਹ ਤੁਹਾਡੇ ਅੱਗੇ ਪਿੱਛੇ ਨੱਚਣ ਲੱਗ ਜਾਂਦੇ, ਉਹ ਚਾਹੁੰਦੇ ਵੀ ਤੁਸੀਂ ਮੇਰੇ ਨਾਲ ਕੰਮ ਕਰੋ। ਸੋ ਇਹ ਆਪਾਂ ਦੇਖਣਾ ਜੀ, ਵੀ ਜੇ ਆਪਣਾ ਪ੍ਰੇ ਡਰਾਈਵ ਵਾਲਾ ਪੱਪੀ ਆਪਣੇ ਕੋਲੇ ਹੈ ਵਰਕਿੰਗ ਲਾਈਨ ਵਾਲਾ, ਤੇ ਆਪਾਂ ਪ੍ਰੇ ਤੇ ਹੀ ਉਹਨੂੰ ਫੋਕਸ ਕਰੀਏ, ਆਪਾਂ ਫੂਡ ਵੱਲ ਨਾ ਲੈ ਕੇ ਜਾਈਏ, ਫਿਰ ਆਪਾਂ ਉਹਨੂੰ ਟੋਏ ਬੇਸਡ ਹੀ ਸਾਰੀ ਟ੍ਰੇਨਿੰਗ ਰੱਖਾਂਗੇ ਜੀ। ਜੇ ਫੂਡ ਵਾਲਾ ਹੈ ਤਾਂ ਫੂਡ ਬੇਸਡ ਡੋਗ ਹੈ, ਜਾਂ ਫੂਡ ਡਰਾਈਵ ਉਹਦੀ ਹੈ, ਤਾਂ ਆਪਾਂ ਫੂਡ ਦੇ ਅਕੋਰਡਿੰਗ ਜਿਹੜਾ ਹੈਗਾ ਉਹਦੇ ਆਲੇ ਦੁਆਲੇ ਹੀ ਆਪਾਂ ਸਾਰੀ ਟ੍ਰੇਨਿੰਗ ਘੁਮਾਵਾਂਗੇ। ਸੋ ਰਿਵਾਰਡ ਦੇ ਲਈ ਹੋ ਗਿਆ ਵੀ ਅਲੱਗ ਆਪਾਂ ਕੀ ਕਰਨਾ, ਟ੍ਰੀਟ ਹੋ ਗਈ, ਤੇ ਪ੍ਰੇ ਦੇ ਵਿੱਚ ਵੀ ਜੀ, ਇਸ ਦੋਨੇ ਰਿਵਾਰਡਸ ਦੀ ਗੱਲ ਕਰਕੇ ਅੱਗੇ ਤੁਰੀਏ ਵੀ ਪ੍ਰੇ ਦੇ ਵਿੱਚ ਕਿਹੜੀ ਕਿਹੜੀਆਂ ਚੀਜ਼ਾਂ ਲੋਕ ਕਿੱਥੋਂ ਕੀ ਸਮਾਨ ਲੈ ਸਕਦੇ ਤੇ ਕਿਹੜਾ ਉਹਨੂੰ ਦੇਣਾ ਚਾਹੀਦਾ ਜਿਹੜਾ ਉਹਦੇ ਲਈ ਪੱਪੀ ਲਈ ਸੇਫਟੀ ਲਈ। ਆਪਾਂ ਪਿਛਲੀਆਂ ਐਪੀਸੋਡ ਦੇ ਵਿੱਚ ਥੋੜਾ ਬਹੁਤ ਇਸ ਬਾਰੇ ਕਵਰ ਕੀਤਾ ਸੀ ਜੀ, ਭਈ ਵਧੀਆ ਪਲਾਸਟਿਕ ਦੇ ਜੇ ਟੋਏ ਲੈਣਾ, ਕੋਈ ਬਹੁਤ ਵਧੀਆ ਕੁਆਲਿਟੀ ਦਾ ਕੌਂਗ ਹੈ, ਉਹਨਾਂ ਦੀ ਪਲਾਸਟਿਕ ਬਹੁਤ ਵਧੀਆ, ਕੋਈ ਚੰਗੇ ਸਟੈਂਡਰਡ ਦਾ ਜਿਹੜਾ ਪ੍ਰੋਡਕਟ ਲਾਓ ਉਹਦੇ ਵਿੱਚ, ਜਿਹੜਾ ਇੱਕ ਤਾਂ ਉਹਨੂੰ ਚੂ ਨਾ ਕਰ ਸਕੇ, ਉਹ ਡੰਡੀਆਂ ਵੱਢ ਕੇ ਉਹਨੂੰ ਖਾ ਕੇ ਤੇ ਜੇ ਅੰਦਰ ਲੰਘ ਵੀ ਜਾਂਦਾ ਤਾਂ ਉਹ ਨੁਕਸਾਨ ਨਾ ਕਰੇ। ਬਿਲਕੁਲ, ਜਿਹੜੇ ਡਾਲਰ ਸਟੋਰ ਟੋਇਜ ਨੇ ਜੀ, ਮੈਂ ਕਿਸੇ ਦੇ ਅਗੇਂਸਟ ਨਹੀਂ, ਪਰ ਉਹ ਕੁਆਲਿਟੀ ਬਹੁਤੀ ਵਧੀਆ ਨਹੀਂ, ਤੇ ਉਹ ਅੰਦਰ ਚੂ ਕਰ, ਤੁਸੀਂ ਦੇਖੋਗੇ ਜੇ ਚੰਗਾ ਵਧੀਆ ਪਾਪੀ ਰੱਖਿਆ ਹੋਇਆ ਤੁਹਾਡੇ ਕੋਲ, ਤਾਂ 5-7 ਮਿੰਟ ਦੇ ਵਿੱਚ ਹੀ ਉਹਨੂੰ ਖਾ ਜਾਂਦਾ। ਬਿਲਕੁਲ, ਤੇ ਜਿਹੜੇ ਕੌਂਗ ਹੈ ਜਾਂ ਕੋਈ ਇਹੋ ਜਿਹਾ ਟੋਏ ਜਿਹਦੇ ਵਿੱਚ ਆਪਾਂ ਸਟੱਫ ਕੁਛ ਅੰਦਰੋਂ ਵਿੱਚ ਕੁਛ ਪਾ ਸਕੀਏ, ਕੋਈ ਫੂਡ ਜਾਂ ਉਹੀ ਜਾਂ ਹੋਟ ਡੋਗ ਹੀ ਪਾਈਏ, ਤਾਂ ਉਹਨੂੰ ਬਿਜ਼ੀ ਰੱਖਦਾ, ਉਹਨੂੰ ਕੁਛ ਘੰਟਿਆਂ ਲਈ ਬਿਜ਼ੀ ਰੱਖੂਗਾ। ਸੋ ਉਹ ਮਾਇੰਡ ਉਹਦਾ ਸਟਿਮੂਲੇਟ ਹੋਊਗਾ, ਇਹਦਾ ਮਤਲਬ ਜੇ ਉਧਰ ਪਾਸੇ ਹੋਰ ਪਾਸੇ ਬੱਚਿਆਂ ਵਾਂਗੂ ਲੱਗਿਆ ਹੋਇਆ ਤਾਂ ਤੁਹਾਡੇ ਘਰ ਦਾ ਉਹ ਨੁਕਸਾਨ ਨਹੀਂ ਕਰੇਗਾ, ਨਹੀਂ ਤਾਂ ਡਿਸਟਰਕਸ਼ਨ ਹੋਊਗਾ। ਹਾਂਜੀ, ਵਧੀਆ ਟੋਏ ਚਾਹੀਦਾ ਜੀ। ਆਪਾਂ ਹੁਣੇ ਗੱਲ ਕੀਤੀ ਸੀ ਜਿਵੇਂ ਆਪਾਂ ਬੱਚਿਆਂ ਤੋਂ ਜੀ, ਸਾਲ ਡੇਢ ਸਾਲ ਦਾ ਆਪਣਾ ਇਨਸਾਨ ਦਾ ਬੱਚਾ, ਹੁਣ ਆਪਣੇ ਘਰੇ ਬੱਚੇ ਸਾਰਿਆਂ ਨੇ ਪੜ੍ਹੇ ਨੇ, ਜਦੋਂ ਉਹ ਸਾਲ ਡੇਢ ਸਾਲ ਦਾ ਹੁੰਦਾ ਨਾ ਜੀ, ਤੁਰ ਰਿੜਨ ਤੋਂ ਜਦੋਂ ਤੁਰਨ ਲੱਗਦਾ ਤੇ ਆਪਾਂ ਸਾਰੀਆਂ ਕਬਰਡਜ ਨੂੰ ਲੌਕ ਲਾ ਦਿੰਦੇ ਆ, ਉਹ ਭਾਂਡੇ ਚੁੱਕ ਚੁੱਕ ਕੇ ਮਾਰਦਾ, ਬੂਟੇ ਪੱਟ ਦਿੰਦਾ ਸਾਡੇ। ਤੁਹਾਡੇ ਘਰੇ ਲਿਆਂਦਾ ਹੋਇਆ ਪੱਪੀ ਵੀ ਇਹੀ ਕੁਛ ਕਰੂਗਾ, ਕਿਉਂਕਿ ਉਹਦੀ ਹੁਣ ਉਮਰ ਸਾਲ ਡੇਢ ਸਾਲ ਵਾਲੇ ਬੱਚੇ ਵਾਲੀ ਹੈ। ਸੋ ਇਹਦੇ ਤੋਂ ਡਰੋ ਨਾ, ਘਬਰਾਓ ਨਾ, ਇਹ ਫੇਜ਼, ਹਾਂਜੀ ਇਹ ਫੇਜ਼ ਨਿਕਲ ਜਾਣਾ, ਉਹ ਕਰਦਾ ਇਸ ਕਰਕੇ। ਹਿਊਮਨ ਬੱਚੇ ਨੂੰ ਆਪਾਂ ਲਾਡ ਨਾਲ ਬਹੁਤ ਕੁਛ ਆਪਾਂ ਉਹਦੇ ਲੋਕ ਲਾ ਲੈਂਦੇ, ਬੱਚੇ ਕੁੱਤੇ ਨਾਲ ਹੁਣ ਅਸੀਂ ਬਹੁਤੇ ਲੋਕ ਨਹੀਂ ਲਾਉਂਦੇ, ਲਾਉਣੇ ਚਾਹੀਦੇ ਨੇ। ਚਲੋ ਕਬਰਡ ਤਾਂ ਉਹਨੇ ਨਹੀਂ ਖੋਲਣੀ ਆ, ਪਰ ਆਲੇ ਦੁਆਲੇ ਜਿਹੜਾ ਸਮਾਨ ਫਲੋਰ ਦੇ ਉੱਤੇ ਪਿਆ ਰਿਹਾ ਜੀ, ਉਹਦਾ ਖਿਆਲ ਰੱਖੋ। ਪੱਪੀ ਪਰੂਫ ਜਿਹੜਾ ਕਰਨਾ ਸੀ ਆਪਾਂ ਪਿਛਲੇ ਐਪੀਸੋਡ ਚ ਗੱਲ ਕੀਤੀ, ਘਰ ਨੂੰ ਤੁਸੀਂ ਵੇਖੋ ਆਲੇ ਦੁਆਲੇ ਤੁਹਾਡੇ ਪਿਆ ਕੀ ਆ, ਹੌਲੀ ਹੌਲੀ ਘਰ ਦੇ ਪੋਰਸ਼ਨ ਉਹਦੇ ਵਾਸਤੇ ਖੋਲੋ, ਪਹਿਲਾਂ ਹਾਰਡਵੁੱਡ ਵਾਲਾ ਹੀ ਖੋਲੋ ਕਿਉਂਕਿ ਉਹਨੇ ਐਕਸੀਡੈਂਟ ਕਰਨਾ, 40 ਤੇ ਪੀਪੀ ਟ੍ਰੇਂਡ ਕਰਨਾ। ਸੋ ਫੇਰ ਉਹਨੂੰ ਹੌਲੀ ਹੌਲੀ ਕਾਰਪੇਟ ਤੇ ਜਾਂ ਸੋਫਿਆਂ ਦੇ ਨੇੜੇ ਲੈ ਕੇ ਜਾਓ ਜਿੱਥੇ ਉਹ ਐਕਸੈਪਟ ਕਰਨ ਲੱਗ ਜੇ ਜਾਂ ਗੰਦ ਨਾ ਪਾਵੇ।
ਸੋ ਇਹ ਨੈਕਸਟ ਜਿਹੜਾ 9 ਦਾ ਹੋ ਗਿਆ ਜੀ, 9 ਰੈਕੋਗਨਾਈਜ਼ ਕਰਨ ਤੋਂ ਬਾਅਦ ਅੱਗੇ ਕੀ ਹੈ? ਅੱਗੇ ਜੀ ਮੈਂ ਅੱਜ ਕੱਲ ਬਹੁਤ ਦੇਖਿਆ ਤੇ ਮੈਨੂੰ ਹੈਰਾਨੀ ਹੋਈ ਕੱਲ ਜਾਂ ਪਰਸੋਂ ਮੇਰੀ ਜੀ ਇੱਕ ਬਹੁਤ ਲੌਂਗ ਟਰਮ ਫਰੈਂਡ ਮੇਰੇ ਨਾਲ ਕਰੈਕਸ਼ਨ ਚ ਕੁੜੀ ਕੰਮ ਕਰਦੀ ਹੁੰਦੀ ਸੀ, ਮੈਂ ਉਹਦਾ ਮੈਸੇਜ ਆ ਗਿਆ ਫੇਸਬੁੱਕ ਤੇ, ਬਹੁਤ ਸਾਲਾਂ ਬਾਅਦ ਕਨੈਕਟ ਹੋਈ ਤੇ ਮੈਂ ਉਹਨੂੰ ਪੁੱਛਿਆ ਵੀ ਅੱਜ ਕੱਲ ਕੀ ਕਰ ਰਹੀ ਹੈ ਤੇ ਕਹਿੰਦੀ ਵੀ ਮੈਂ ਉੱਥੋਂ ਤਾਂ ਛੱਡਿਆ ਹੀ ਸੀ ਜੋਬ ਤੇ ਮੈਂ ਅੱਜ ਕੱਲ ਡੋਗ ਟ੍ਰੇਨਰ ਬਣ ਗਈ। ਮੈਂ ਕਿਹਾ ਵੀ ਤੂੰ ਤਾਂ ਕਦੀ ਡੋਗ ਟ੍ਰੇਨਰ ਹੁੰਦੀ ਨੀ ਸੀ, ਜਿੰਨਾ ਚਿਰ ਮੈਂ ਤੈਨੂੰ ਦੇਖਿਆ ਤੂੰ ਤਾਂ ਯੂਨਿਟ ਦੇ ਉੱਤੇ ਹੀ ਹੁੰਦੀ ਸੀ ਆਫਿਸਰ ਤੇ ਮੈਂ ਤੈਨੂੰ ਕਦੀ ਵੀ ਡੋਗਸ ਵਾਲੇ ਪਾਸੇ ਨੀ। ਕਹਿੰਦੀ ਮੈਂ ਆਨਲਾਈਨ ਕੋਰਸ ਕਰ ਲਿਆ ਸੀ 1 ਸਾਲ ਦਾ। ਕਮਾਲ ਹੈ, ਤਾਂ ਆਨਲਾਈਨ ਟ੍ਰੇਨਰ ਤੋਂ ਬਚੋ ਜੀ ਮੈਨੂੰ ਲੱਗਦਾ। ਤੇ ਮੈਨੂੰ ਬਹੁਤ ਹੈਰਾਨੀ ਹੋਈ ਸੁਣ ਕੇ ਵੀ ਅੱਜ ਕੱਲ ਨਵੀਂ ਗੱਲ ਮੇਰੇ ਲਈ ਵੀ ਨਵੀਂ ਗੱਲ ਸੀ ਜੀ ਵੀ ਆਨਲਾਈਨ ਟ੍ਰੇਨਰ ਵੀ ਹੈ। ਕਹਿੰਦੀ ਮੈਂ ਇੱਕ ਆਨਲਾਈਨ ਡੋਗ ਟ੍ਰੇਨਿੰਗ ਦਾ ਕੋਰਸ ਕੀਤਾ, ਉਹਨਾਂ ਨੇ ਮੈਨੂੰ ਸਰਟੀਫਿਕੇਟ ਭੇਜਤਾ ਤੇ ਹੁਣ ਮੈਂ ਸਰਟੀਫਾਈਡ ਡੋਗ ਟ੍ਰੇਨਰ ਹੈ। ਕਮਾਲ, ਪ੍ਰੈਕਟੀਕਲ ਨਾਂ ਦੀ ਕੋਈ ਚੀਜ਼ ਨੀ ਜੀ। 8 ਦਿਨ ਦਾ ਕਹਿੰਦੀ ਸਾਨੂੰ ਕਰੈਸ਼ ਕੋਰਸ ਦਿੱਤਾ ਉਹਨਾਂ ਨੇ ਉਦੋਂ ਬਾਅਦ, ਤੇ ਜਿਹਦੇ ਵਿੱਚ ਟ੍ਰੇਨਰ ਇੱਕ ਵੱਖਰੀ ਵੱਖਰੀ ਬਰੀਡ ਨੂੰ ਸਿਖਾਉਂਦਾ। ਸੋ ਪਿੱਛੇ ਤੁਸੀਂ ਗਿਲ ਸਾਹਿਬ ਮੈਂ ਤੁਹਾਡੇ ਪ੍ਰੋਗਰਾਮ ਦੇ ਵਿੱਚ ਸੁਣਿਆ ਇੱਕ ਅਮੈਰੀਕਾ ਦੇ ਵਿੱਚੋਂ ਇੱਕ ਟ੍ਰੇਨਰ ਹੈ, ਬਹੁਤ ਵੱਡਾ ਟੀਵੀ ਸ਼ੋ ਸੀ, ਉਹਦਾ ਨਾਂ ਨਹੀਂ ਲੈਣਾ, ਤੇ ਉਹ ਵੀ ਕਰਦਾ ਜੀ। ਤੁਸੀਂ ਦੇਖਦੇ ਹੋ ਵੀ ਉਹ ਕਿਸੇ ਦੇ ਘਰ ਜਾਂਦਾ, ਕਿਸੇ ਡੋਗ ਨੂੰ ਹੈਂਡਲ ਕਰਦਾ ਤੇ 5-7 ਮਿੰਟ 10 ਮਿੰਟ ਬਾਅਦ ਹੀ ਉਹ ਕੁੱਤਾ ਡਿਫਰੈਂਟ ਹੁੰਦਾ, ਬਿਲਕੁਲ ਜੀ ਨਾਰਮਲ ਕਰ ਦਿੰਦਾ। ਹਾਂਜੀ, ਪਰ ਆਪਾਂ ਜਿਹੜੀ ਚੀਜ਼ ਉਹ ਮਿਸ ਕਰ ਰਹੇ ਨਾ ਜੀ ਉਹਦੇ ਵਿੱਚੋਂ ਐਪੀਸੋਡ ਦੇ ਵਿੱਚ ਉਹ ਆ, ਕਿਉਂਕਿ ਮੈਂ ਉਸ ਬੰਦੇ ਨਾਲ ਜਿਹੜੇ 2-4 ਬੰਦੇ ਕੰਮ ਕਰ ਚੁੱਕੇ ਉਹਨਾਂ ਨਾਲ ਕਈ ਵਾਰ ਸੈਮੀਨਾਰ ਤੇ ਗਿਆ। ਅੱਛਾ ਜੀ, ਤੇ ਜਿਹੜੇ ਉਹਦੇ ਰੱਖੇ ਹੋਏ ਗਾਹ ਟ੍ਰੇਨਰ ਨੇ ਉਹਨਾਂ ਨਾਲ ਸੈਮੀਨਾਰ ਕਰਨ ਦਾ ਮੌਕਾ ਮਿਲਿਆ, ਕਿਸੇ ਡੋਗ ਕਲੱਬ ਦੇ ਵਿੱਚ ਮਿਲੇ। ਜਿਹੜੀ ਚੀਜ਼ ਆਪਾਂ ਨਹੀਂ ਦੇਖ ਰਹੇ ਜੀ ਉਹ ਹੈ ਵੀ ਉਹ ਪਹਿਲਾਂ ਜਾਂਦਾ ਜ਼ਰੂਰ, ਉਹ ਤੋਂ ਕੈਮਰੇ ਲੱਗੇ ਹੁੰਦੇ ਨੇ, ਉਹ ਦਿਖਾਉਂਦਾ ਤੁਹਾਨੂੰ ਵੀ ਕੁੱਤੇ ਨਾਲ ਕਿਵੇਂ ਰਿਐਕਟ ਕਰਦਾ, ਕੁੱਤੇ ਦਾ ਕੀ ਰਿਐਕਸ਼ਨ ਹੈ। ਫਿਰ ਜਿਹੜਾ ਜੀ ਵਿੱਚ 4 ਹਫ਼ਤੇ ਜਾਂ 3 ਹਫ਼ਤੇ ਦਾ ਪੀਰੀਅਡ ਆ ਤੁਸੀਂ ਉਹ ਨੀ ਦੇਖਦੇ, ਉਹ ਚੋਂ ਬਣਾਉਂਦਾ ਵੀ। ਹਾਂਜੀ, ਉਹਦੇ ਵਿੱਚ ਉਹ ਲੈ ਕੇ ਵੀ ਜਾਂਦਾ ਕੁੱਤੇ ਨੂੰ ਆਪਦੇ ਕੈਨਲ ਦੇ ਵਿੱਚ, ਆਪਦੀ ਟ੍ਰੇਨਿੰਗ ਫੈਸਿਲਿਟੀ ਚ, ਜਾਂ ਫਿਰ ਉਹ ਕੀ ਕਰਦੇ ਨੇ ਜੀ ਉਹ ਸ਼ੋਅ ਦੇ ਲਈ ਆਪਦਾ ਟ੍ਰੇਨਰ ਛੱਡ ਕੇ ਜਾਂਦੇ ਨੇ ਉੱਥੇ। ਉਹ ਆ ਕੇ ਟ੍ਰੇਨਰ 3 ਹਫ਼ਤੇ ਕੁੱਤੇ ਨੂੰ ਟ੍ਰੇਨਡ ਕਰਦਾ, 3 ਜਾਂ 4 ਹਫ਼ਤੇ। ਸੋ ਫਿਰ ਇੱਕ ਫਾਈਨਲ ਐਪੀਸੋਡ ਫੇਰ ਕਰਦਾ, ਸੀਟੀਆਂ ਵਜਾਉਂਦਾ ਆਉਂਦਾ, ਚੁਟਕੀਆਂ ਮਾਰਦਾ, ਕੁੱਤਾ ਸਾਰਾ ਕੁਛ ਕਰਦਾ ਜੀ। ਜਿਹੜਾ ਆਪਾਂ ਪਾਰਟ ਮਿਸ ਕਰ ਜਾਂਦੇ ਵਿੱਚ ਉਹ ਹੈ ਜੀ, ਉਹ ਦੱਸਣ ਦਾ ਇਹ ਮਤਲਬ ਸੀ ਵੀ ਕੁਛ ਵੀ ਓਵਰਨਾਈਟ ਨਹੀਂ ਹੋਣਾ, 1 ਦਿਨ ਚ ਕੋਈ ਚੀਜ਼ ਪੋਸੀਬਲ ਨਹੀਂ। ਬੰਦਾ ਨੀ ਆਖੇ ਲੱਗਦਾ ਜੀ ਐਡੀ ਛੇਤੀ, ਬੰਦੇ ਦਾ ਆਪਾਂ ਸਾਰਿਆਂ ਨਾਲੋਂ ਵੱਧ ਸਿਵਿਲਾਈਜ਼ਡ ਹੈਗੇ ਆ, ਰੱਬ ਦੀ ਕ੍ਰੀਏਸ਼ਨ ਆ ਜੀ, ਤੇ ਅਸੀਂ ਨੀ 1 ਦਿਨ ਚ ਸਾਰਾ ਕੁਛ ਸਿੱਖ ਸਕਦੇ, ਕੁੱਤਾ ਕਿੱਥੋਂ ਸਿੱਖ ਜਾਏਗਾ। ਬਿਲਕੁਲ, ਉਹਨੂੰ ਤਾਂ ਅਸੀਂ ਸਿਖਾਉਣਾ ਜੋ ਸਿਖਾਉਣਾ ਜੀ। ਸੋ ਦੂਜੀ ਗੱਲ ਆ ਜੀ ਵੀ ਸੋਸ਼ਲਾਈਜ਼ਿੰਗ ਦੇ ਉੱਤੇ ਆਪਾਂ ਬਹੁਤ ਵੱਡਾ ਇੱਕ ਬਹੁਤ ਜ਼ੋਰ ਦਿੱਤਾ ਸੀ ਸੋਸ਼ਲਾਈਜ਼, ਇਹ ਸਾਰਿਆਂ ਨਾਲ ਇੰਪੋਰਟੈਂਟ ਫੈਕਟਰ ਇਹ ਸੋਸ਼ਲਾਈਜ਼ ਹੈ ਜੀ। ਅੱਛਾ ਜੀ, ਉਹਨੂੰ ਜਿੱਥੇ ਮਰਜ਼ੀ 4 ਹਫ਼ਤੇ ਤੋਂ, ਜੇ ਚੰਗਾ ਬਰੀਡਰ ਹੈ ਜੀ, ਕਿਉਂਕਿ ਤੁਸੀਂ 8-9 ਹਫ਼ਤੇ ਤੋਂ ਪੱਪੀ ਲੈ ਕੇ ਆਉਂਦੇ, 4 ਜਾਂ 5 ਹਫ਼ਤੇ ਤੋਂ ਬਾਅਦ ਅਸੀਂ ਅਸੈਸ ਕਰਨ ਲੱਗ ਜਾਂਦੇ ਜੀ। ਇਵੈਲੂਏਸ਼ਨ ਚਾਰਟ ਹੁੰਦਾ ਸਾਡੇ ਕੋਲ, ਅਸੀਂ ਉਹਦੇ ਹਿਸਾਬ ਨਾਲ ਪੱਪੀ ਤਿਆਰ ਕਰਦੇ ਹਾਂ। ਆਮ ਬਰੀਡਰ ਵੀ ਨੇ ਜਿਹੜੇ ਜੀ ਉਹ ਪੈਕ ਤੋਂ ਬਾਹਰ ਕੱਢ ਕੇ ਪੱਪੀਜ਼ ਨੂੰ ਕੱਲੇ ਕੱਲਿਆਂ ਨੂੰ ਘਾਹ ਤੇ ਛੱਡਦੇ ਨੇ, ਬਾਹਰ ਖੇਡਦੇ ਨੇ, ਉਹਨਾਂ ਨਾਲ ਇੰਟਰੈਕਟ ਕਰਦੇ ਨੇ, ਉਹ ਬਰੀਡਰ ਦੀ ਜ਼ਿੰਮੇਵਾਰੀ, ਅੱਧੀ ਸੋਸ਼ਲਾਈਜ਼ਿੰਗ ਤੁਹਾਡੀ ਉਹ ਕਰਦਾ। ਪਰ ਜਦ ਤੁਸੀਂ ਆਪਦੇ ਘਰ ਚ ਲੈ ਕੇ ਆਉਂਦੇ, ਆਪਦੇ ਲਾਈਫ ਸਟਾਈਲ ਚ ਲੈ ਕੇ ਆਉਂਦੇ ਹੋ, ਆਪਦੇ ਇਨਵਾਇਰਮੈਂਟ ਵਿੱਚ ਪੱਪੀ ਲੈ ਕੇ ਆਉਂਦੇ ਹੋ, ਸੋ ਤੁਹਾਨੂੰ ਉਹਨੂੰ ਆਪਣੇ ਹਿਸਾਬ ਨਾਲ ਢਾਲਣਾ ਪੈਂਦਾ। ਸੋ ਸੋਸ਼ਲਾਈਜ਼ ਕਰੋ ਜੀ ਵੱਧ ਤੋਂ ਵੱਧ, ਇਹੀ ਤੁਹਾਡਾ ਰਿਵਾਰਡ ਹੈ ਲੌਂਗ ਟਰਮ ਦੇ ਵਿੱਚ। ਜੇ ਤੁਹਾਨੂੰ ਕਿਸੇ ਚੀਜ਼ ਨੇ ਫਾਇਦਾ ਦੇਣਾ ਤਾਂ ਸੋਸ਼ਲਾਈਜ਼ ਡੋਗ ਨੇ ਦੇਣਾ। ਕੱਲ ਨੂੰ ਐ ਨਾ ਹੋਵੇ ਤੁਹਾਡਾ ਕੁੱਤਾ ਬਾਹਰ ਕਿਸੇ ਦੂਜੇ ਕੁੱਤੇ ਨੂੰ ਦੇਖ ਕੇ, ਮੈਂ ਆਮ ਦੇਖਦਾ ਜੀ ਉਹ ਭੌਂਕੀ ਜਾਂਦਾ ਸੜਕ ਦੇ ਦੂਜੇ ਪਾਸੇ, ਉਹ ਖਿੱਚ ਰਿਹਾ ਦੂਜੇ ਕੁੱਤਿਆਂ ਵੱਲ, ਉਹ ਸੋਸ਼ਲਾਈਜ਼ਿੰਗ ਦੀ ਘਾਟ ਹੈ। ਕੁੱਤੇ ਦੇ ਨੇੜੇ ਕਾਰ ਆ ਗਈ, ਕੋਈ ਬੱਸ ਜਾਂ ਟਰੱਕ ਲੰਘਦਾ, ਕੁੱਤਾ ਡਰ ਕੇ ਥੱਲੇ ਬੈਠ ਜਾਂਦਾ ਜਾਂ ਮਾਲਕ ਦੀ ਲੱਤਾਂ ਚ ਵੜਦਾ, ਉਹ ਸੋਸ਼ਲਾਈਜ਼ਿੰਗ ਦੀ ਘਾਟ ਹੈ। ਕਦੇ ਉਹਨੇ ਦੇਖਿਆ ਹੀ ਕਦੀ ਕੁਛ ਨੀ, ਕੁੱਤੇ ਦਾ ਕਸੂਰ ਨਹੀਂ ਮਾਲਕ ਦਾ ਕਸੂਰ ਹੈ, ਮਾਲਕ ਨੇ ਉਹਨੂੰ ਟ੍ਰੇਨਡ ਹੀ ਨਹੀਂ ਕੀਤਾ ਉਸ ਤਰੀਕੇ ਨਾਲ। ਸੋ ਡਿਪੈਂਡ ਕਰਦਾ ਜੀ ਬਰੀਡ ਦੇ ਉੱਤੇ, ਹਰ ਬਰੀਡ ਡਿਫਰੈਂਟ ਹੈ, ਕਈ ਬਰੀਡ ਬਹੁਤ ਛੇਤੀ ਸਿੱਖਦੀਆਂ ਨੇ, ਇੰਟੈਲੀਜੈਂਟ ਨੇ, ਜਰਮਨ ਸ਼ੈਪਰਡ, ਬੈਲਜੀਅਮ ਮੈਲਨਵਾ ਹੋ ਗਏ, ਡੱਚ ਸ਼ੈਪਰਡ ਹੋ ਗਏ, ਕਮਾਲ ਬਹੁਤ ਈਜ਼ੀਲੀ ਟ੍ਰੇਨੇਬਲ ਨੇ, ਬਹੁਤ ਛੇਤੀ ਸਿੱਖਦੇ ਨੇ। ਡੋਬਰਮੈਨ ਥੋੜੇ ਸਟੱਬਰ ਨੇ ਜੀ, ਰੋਟਵਾਇਲਰ ਵੀ ਸਟੱਬਰਨ ਬਰੀਡ ਹੈ। ਸੋ ਡਿਪੈਂਡ ਕਰਦਾ ਜੀ ਗਾਹ ਉਹਦੇ ਵਿੱਚ, ਅੱਗੋਂ ਫਿਰ ਲਿਟਰ ਦੇ ਵਿੱਚੋਂ ਹਰ, ਜਿਵੇਂ ਪਿੱਛੇ ਗੱਲ ਕੀਤੀ ਸੀ ਪੱਪੀਜ਼ ਉੱਤੇ ਡਿਪੈਂਡ ਕਰਦਾ ਜੀ, ਕਿਹੋ ਜਿਹਾ ਪੱਪੀ ਤੁਸੀਂ ਲੈ ਕੇ ਆਉਣਾ। ਜੇ ਤੁਸੀਂ ਬਰੀਡਰ ਨੂੰ ਬਹੁਤ ਸੱਚ ਲਈ ਦੱਸਿਆ ਹੋਇਆ ਸਾਰਾ ਕੁਛ, ਤੇ ਫਿਰ ਉਹ ਤੁਹਾਨੂੰ ਵਧੀਆ ਪੱਪੀ ਹੀ ਦਏਗਾ, ਤੇ ਉਹ ਤੁਹਾਡਾ ਜਿਹੜਾ ਲਾਈਫ ਸਟਾਈਲ ਤੇ ਈਜ਼ੀ ਟੂ ਟ੍ਰੇਨ ਪੱਪੀ ਦਊਗਾ ਤੁਹਾਨੂੰ, ਤੁਹਾਡੇ ਅਡੈਪਟ ਕਰ ਲੂਗਾ ਜੀ ਪੱਪੀ ਲਾਈਫ ਸਟਾਈਲ ਦੇ ਵਿੱਚ ਤੁਹਾਡੇ। ਫਿਰ ਕੀ ਕੀ ਕਰੇ
ਕੀ ਕਰਨ ਬੰਦੇ ਉਹਨੂੰ ਕਿੱਥੇ ਕਿੱਥੇ ਲਿਜਾਣ, ਕਿਉਂਕਿ ਉਹ ਤੁਰਦਾ ਨੀ, ਹਲੇ ਲੀਸ਼ ਤੇ ਨੀ ਤੁਰਦਾ, ਗੱਡੀ ਚ ਲੈ ਜਾਣ, ਉਹਨੂੰ ਛੱਡਣ ਇੱਧਰ ਉੱਧਰ, ਕੀ ਕਰ? ਦੇਖੋ ਜੀ, ਮੋਸਟਲੀ ਆਪਣੇ ਜਿੰਨੀ ਕਮਿਊਨਿਟੀ ਹੈ ਤਕਰੀਬਨ ਸਾਰਿਆਂ ਦੇ ਬੱਚੇ ਕਿਸੇ ਨਾ ਕਿਸੇ ਗੇਮ ਦੇ ਵਿੱਚ ਨੇ ਜੀ ਜੀ, ਜਾਂ ਤਾਂ ਅਸੀਂ ਉਹਨਾਂ ਨੂੰ ਸੌਕਰ ਤੇ ਲਾਇਆ ਹੋਇਆ ਜੀ, ਜਾਂ ਬਾਸਕਟਬਾਲ ਖੇਡਦੇ ਨੇ, ਜਾਂ ਸਵਿਮਿੰਗ ਜਾਂਦੇ ਆ, ਕੁਛ ਹੋਰ ਹੈ। ਜਦੋਂ ਸਕੂਲ ਸਵੇਰੇ ਘੱਟੋ ਘੱਟ ਜੇ ਹੋਰ ਕੁਛ ਨੀ ਕਰਦੇ ਤੇ ਜਦੋਂ ਤੁਸੀਂ ਸਵੇਰੇ ਸਕੂਲੇ ਬੱਚੇ ਛੱਡਣ ਜਾ ਰਹੇ ਨਾ, 5 ਮਿੰਟ ਘਰੋਂ ਪਹਿਲਾਂ ਚਲੇ ਜਾਓ, ਪੱਪੀ ਨੂੰ ਨਾਲ ਲੈ ਜਾਓ। ਜਦੋਂ ਬੱਚੇ ਨੂੰ ਸਕੂਲੇ ਲਾਉਂਦੇ ਹੋ, ਉੱਥੇ ਬਾਹਰ ਪੱਪੀ ਨੂੰ ਬਾਹਰ ਕੱਢ ਲਓ, ਦੇਖਿਓ ਤੁਸੀਂ ਤੁਹਾਡੇ ਦੁਆਲੇ ਬੱਚੇ ਕਿੰਨੇ ਆਉਂਦੇ ਆ ਭੱਜ ਕੇ, ਕਿੰਨੇ ਬੱਚੇ ਹੋਰ ਜਿਹੜੇ ਸਕੂਲ ਸਵੇਰੇ ਆਉਂਦੇ ਆ, ਕਿੰਨੇ ਖੁਸ਼ ਹੁੰਦੇ ਆ, ਭੱਜ ਭੱਜ ਕੇ ਆ ਕੇ ਤੁਹਾਨੂੰ ਮਿਲਦੇ ਆ, ਗੋਰਿਆਂ ਦੇ ਬੱਚੇ, ਬਾਕੀ ਕਮਿਊਨਿਟੀਜ਼ ਦੇ ਸਾਰੇ ਤੁਹਾਡੇ ਪੱਪੀ ਨਾਲ ਪਿਆਰ ਕਰਦੇ। ਉਹ ਬਹੁਤ ਵੱਡਾ ਫੈਕਟਰ ਹੈ ਜੀ, ਸੋਸ਼ਲਾਈਜ਼ਿੰਗ ਦਾ ਬਹੁਤ ਈਜ਼ੀਲੀ ਕਰਨ ਵਾਲਾ ਕੰਮ ਹੈ, ਕੋਈ ਇਹਦੇ ਤੇ ਕੋਈ ਐਕਸਟਰਾ ਖਰਚਾ ਨਹੀਂ ਆਉਣਾ। ਤੁਸੀਂ ਤਾਂ ਆਪਦਾ ਬੱਚਾ ਸਕੂਲ ਛੱਡਣਾ 5 ਮਿੰਟ ਪਹਿਲਾਂ ਜਾਣ ਦੀ ਗੱਲ ਹੈ, ਯੈਸ, ਤੇ ਉੱਥੇ ਜਾ ਕੇ ਖੇਡੋ, ਉਹਨੂੰ ਘੁਮਾਓ, ਜਦੋਂ ਸਕੂਲ ਲੱਗ ਵੀ ਗਿਆ ਉਹਨੂੰ ਪਿੱਛੇ ਪਾਰਕ ਚ ਗੇੜਾ ਦਵਾ ਲਿਓ, ਸਕੂਲ ਦੀ ਗਰਾਊਂਡ ਚ ਪਿੱਛੇ ਘੁਮਾ ਲਿਓ 2 ਮਿੰਟ, ਨਾਲੇ ਥੋੜਾ ਕੰਮ ਹੁੰਦਾ ਹੈ। ਹਾਂਜੀ, ਨਾਲੇ ਜੀ ਤੁਸੀਂ ਥੋੜੀ ਸੈਰ ਕਰ ਲੈਂਦੇ ਹੋ, ਕੋਸ਼ਿਸ਼ ਕਰੋ ਜੇ ਸਕੂਲ ਨੇੜੇ ਕਰਦੇ ਤਾਂ ਤੁਰ ਕੇ ਹੀ ਜਾਓ, ਨਾਲੇ ਤੁਹਾਡੀ ਸਵੇਰੇ ਸੈਰ ਹੋ ਗਈ, ਕੁੱਤਾ ਤੁਰਨਾ ਸਿੱਖ ਗਿਆ, ਵਾਕ ਕਰਨਾ ਲੀਸ਼ ਤੇ ਹੀਲ ਪ੍ਰੋਪਰਲੀ ਕਰਨਾ ਸਿੱਖ ਗਿਆ, ਤੁਹਾਡੀ ਸੈਰ ਹੋ ਗਈ, ਕੁੱਤੇ ਦੀ ਵੀ ਸੈਰ ਹੋ ਗਈ, ਤੇ ਨਾਲੇ ਕੁੱਤਾ ਸੋਸ਼ਲਾਈਜ਼ ਹੋ ਗਿਆ। ਜਾਂਦਿਆਂ ਨੂੰ ਜਿੰਨੀਆਂ ਕਾਰਾਂ, ਜਿੰਨੀਆਂ ਸਮੈਲਸ, ਜਿੰਨੇ ਬੂਟੇ ਆਲੇ ਦੁਆਲੇ ਆਉਣੇ ਨੇ, ਸਾਰਿਆਂ ਨੂੰ ਉਹਨਾਂ ਨੇ ਸੁੰਘਦੇ ਜਾਣਾ, ਉਹ ਸੋਸ਼ਲਾਈਜ਼ਿੰਗ ਦਾ ਇੱਕ ਪਾਰਟ ਹੈ। ਅੱਛਾ, ਜਿਹੜਾ ਲੀਸ਼ ਤੇ ਤੋਰਨਾ ਉਹ ਬਹੁਤ ਵੱਡਾ ਕੰਮ ਹੈ, ਪੱਪੀ ਤੁਰਦਾ ਨੀ, ਝੁੱਕ ਕੇ ਉਹਨੂੰ ਰਿਵਾਰਡ ਜਿਹੜਾ ਤੁਸੀਂ ਦਿੰਦੇ ਹੋ ਤੁਹਾਨੂੰ ਵੇਖਿਆ, ਤੇ ਘਰ ਨੂੰ ਵਾਪਸ ਉਹ ਆਉਂਦਾ ਖੁਸ਼ ਹੋ ਕੇ, ਜਾਂਦਾ ਨੀ ਬਾਹਰ ਨੂੰ, ਤੇ ਕਈ ਉਹਨੂੰ ਮੈਂ ਦੇਖੇ ਵੀ ਧੂ ਰਹੇ ਨੇ ਉਹਦੇ ਤੋਂ, ਉਹਦਾ ਗਲ ਕੁੱਟਿਆ ਜਾ ਰਿਹਾ, ਉਹਦੇ ਇਹ ਆ ਵੀ ਚੁੱਕ ਕੇ ਇੱਕ ਬੰਦੇ ਨੂੰ ਲੈ ਜਾਓ, ਮੋੜ ਕੇ ਲੈ ਕੇ ਆਓ, ਜਾਂ ਕੀ ਕੀਤਾ ਜਾਵੇ? ਸਰ ਤੁਸੀਂ, ਤੁਹਾਨੂੰ ਵੀ ਇੰਨੇ ਸਾਲ ਹੋ ਗਏ ਕੈਨੇਡਾ ਰਹਿੰਦੇ, ਸਾਡਾ ਵੀ ਕੰਮ ਤੇ ਜਾਣ ਨੂੰ ਸਵੇਰੇ ਮਨ ਨਹੀਂ ਕਰਦਾ, ਕੱਲ ਨੂੰ ਅਸੀਂ ਵੀ ਭੱਜੇ ਆਉਂਦੇ ਹਾਂ, ਅਸੀਂ ਵੀ ਘੜੀ ਦੇਖਦੇ ਰਹੇ ਨੇ, 4:30 ਕਰੋ ਵਜੇ ਸ਼ਿਫਟ ਮੁੱਕੀ ਆ ਤੇ ਅਸੀਂ ਘਰੇ ਭੱਜੀਏ, ਬਿਲਕੁਲ ਸਾਰੇ ਹੀ ਭੱਜਦੇ ਨੇ ਜੀ, ਉਹ ਵੀ ਘਰੇ ਭੱਜਣਾ। ਸੋ ਕੋਸ਼ਿਸ਼ ਕਰੋ ਜੀ, ਪਹਿਲਾਂ ਕਹਿੰਦੇ ਬੈਕ ਟੁੱਟ ਜਾਂਦੀ ਆ, ਪਹਿਲਾਂ ਬੈਕ ਦੇ ਮਸਲਸ ਤੁਹਾਡੇ ਰਿਲੈਕਸ ਰਹਿਣ ਲੱਗ ਜਾਂਦੇ ਜੇ ਤੁਸੀਂ ਪੱਪੀ ਟ੍ਰੇਨਡ ਕਰਦੇ ਹੋ, ਝੁੱਕ ਕੇ ਉਹੀ ਚੀਜ਼ ਪਹਿਲਾਂ ਹੌਟ ਡੌਗਸ ਰੱਖੋ ਜੇ ਇਹਦੇ ਵਿੱਚ, ਫੂਡ ਨਾਲੋਂ ਕੋਈ ਵੱਖਰੀ ਟ੍ਰੀਟ ਰੱਖੋ, ਤੇ ਉਹਦੇ ਨਾਲ ਹੌਲੀ ਹੌਲੀ ਉਹਦੇ ਨੱਕ ਦੇ ਤੇ, ਜਿਵੇਂ ਪਹਿਲਾਂ ਹੀ ਸਟਾਰਟਿੰਗ ਦੇ ਵਿੱਚ ਕਿਹਾ ਸੀ ਜੀ, ਇਹ ਜਿਹੜਾ ਟ੍ਰੇਨਿੰਗ ਵਾਲਾ ਪਾਰਟ ਹੈ ਜੀ, ਇਹ ਦਿਖਾਉਣ ਵਾਲਾ ਪਾਰਟ ਜ਼ਿਆਦਾ, ਦੱਸਣ ਵਾਲਾ ਘੱਟ ਹੈ, ਕਿਉਂਕਿ ਇਹ ਤਾਂ ਦਿਖਾਈਆਂ ਹੀ ਚੀਜ਼ਾਂ ਜਾ ਸਕਦੀਆਂ, ਵੀ ਤੁਸੀਂ ਇੱਥੇ ਇੱਕ ਪਲੇਸ ਕਰੋ। ਫਿਰ ਵੀ ਕੋਸ਼ਿਸ਼ ਕਰਦੇ ਜੀ, ਅੰਗੂਠੇ ਦੇ ਤੇ ਉਂਗਲਾਂ ਦੇ ਵਿੱਚ ਜੀ, ਜਿਹੜੀ ਸੰਨ ਹੈ ਆਪਣੀ, ਇਹਦੇ ਵਿੱਚ ਨਾ ਜੀ ਟ੍ਰੀਟ ਰੱਖੋ, ਤੇ ਉਹਦੇ ਨੱਕ ਦੇ ਨਾਲ ਰੱਖੋ, ਉਹਨੂੰ ਦੇਣੀ ਨਹੀਂ ਉਦੋਂ ਤੱਕ ਟ੍ਰੀਟ ਜਦੋਂ ਤੱਕ ਉਹ ਜੋ ਤੁਸੀਂ ਉਹਦੇ ਤੋਂ ਚਾਹੁੰਦੇ ਹੋ ਕਰਦਾ ਨਹੀਂ, ਤੋਰੋ। ਹਾਂਜੀ, ਉਹਨੂੰ ਤੋਰੋ, ਇੱਕ ਸੱਜੇ ਹੱਥ ਚ ਲੀਸ਼ ਫੜੋ, ਆਲਵੇਜ਼ ਕੋਸ਼ਿਸ਼ ਕਰੋ ਜੀ ਵੀ ਕੁੱਤਾ ਤੁਹਾਡੇ ਲੈਫਟ ਹੈਂਡ ਸਾਈਡ ਤੇ ਹੀ ਰਹੇ। ਬਿਲਕੁਲ, ਉਹਦੇ ਬਹੁਤ ਵੱਡੇ ਕਾਰਨ ਨੇ ਜੀ ਪਿੱਛੇ, ਜਿਹੜੇ ਪੁਲਿਸ ਡਿਪਾਰਟਮੈਂਟ ਵਾਲੇ ਕੁੱਤੇ ਨੇ, ਕਿਉਂਕਿ 90% ਤੁਸੀਂ ਪੁਲਿਸ ਡਿਪਾਰਟਮੈਂਟ ਦੇ ਕਾਂਸਟੇਬਲ ਜਾਂ ਆਫਿਸਰ ਦੇਖੋਗੇ, ਉਹਨਾਂ ਦੇ ਗਨ ਰਾਈਟ ਹੈਂਡ ਸਾਈਡ ਤੇ ਪਾਈ ਹੁੰਦੀ ਹੈ, ਚਾਹੇ ਉਹ ਡੋਗ ਹੈਂਡਲਰ ਹੈ ਚਾਹੇ ਉਵੇਂ, ਰਾਈਟ ਹੈਂਡ ਬੰਦੇ ਜ਼ਿਆਦਾ ਹੁੰਦੇ ਨੇ ਜੀ। ਸੋ ਉਹ ਰਾਈਟ ਹੈਂਡ ਤੇ ਤੁਹਾਡਾ ਜਿਹੜਾ ਡੈਡਲੀ ਵੈਪਨ ਹੈ, ਤੇ ਉਹ ਲੈਫਟ ਹੈਂਡ ਦੇ ਉੱਤੇ ਕੁੱਤਾ ਰੱਖਦੇ ਨੇ ਹਮੇਸ਼ਾ, ਕੁੱਤਾ ਪਹਿਲਾਂ ਛੱਡਣਾ ਤੇ ਇੱਧਰ ਹੱਥ ਇੱਕ ਫ੍ਰੀ ਰਹੇ ਤੁਹਾਡਾ ਜੀ ਲੀਸ਼ ਫੜਨ ਲਈ। ਜਿਹੜੀ ਆਮ ਸਿਵਲ ਪਾਪੂਲੇਸ਼ਨ ਹੈ ਜੀ, ਆਮ ਲੋਕ ਆ ਅਸੀਂ, ਕੁੱਤੇ ਰੱਖਣ ਵਾਲੇ ਜਾਂ ਟ੍ਰੇਨਰ ਜਾਂ ਕੋਈ ਵੀ ਜਿਹਦੇ ਕੋਲ ਪੈਟ ਰੱਖਿਆ ਹੋਇਆ, ਉਹ ਲੈਫਟ ਹੈਂਡ ਸਾਈਡ ਤੇ ਰੱਖਣ ਦਾ ਮਤਲਬ ਜੀ ਇੱਕ ਕੁੱਤੇ ਨੂੰ ਸੇਫ ਰੱਖਣਾ, ਕਿਉਂਕਿ ਇਧਰਲੇ ਪਾਸੇ ਕੋਈ ਟ੍ਰੈਫਿਕ ਨਹੀਂ ਆਉਣੀ, ਸੱਜੇ ਪਾਸੇ ਹੀ ਟ੍ਰੈਫਿਕ ਹੈ, ਇਹ ਕੈਨੇਡੀਅਨ ਸਿਸਟਮ, ਲੈਫਟ ਹੈਂਡ ਡਰਾਈਵ ਹੈ। ਬਿਲਕੁਲ, ਸੋ ਤੁਸੀਂ ਜਦੋਂ ਇਧਰਲੇ ਪਾਸੇ ਕੁੱਤਾ ਰੱਖ ਦੋ, ਕਿਸੇ ਨਾ ਕਿਸੇ ਦਾ ਯਾਰਡ ਹੈ ਇਧਰਲੇ ਪਾਸੇ ਲੈਫਟ ਹੈਂਡ ਸਾਈਡ ਤੇ, ਕੁੱਤੇ ਵਾਲੇ ਪਾਸੇ ਕਿਸੇ ਦੀ ਫੈਂਸ ਲੱਗੀ ਹੋਈ ਹੈ, ਕਿਸੇ ਦੀ ਕੰਧ ਹੈ, ਕਿਸੇ ਦੀ ਵਾਲ ਹੈ, ਕਿਸੇ ਦਾ ਕੁਛ ਹੈ ਜੀ, ਕੁੱਤਾ ਹਮੇਸ਼ਾ ਸੇਫ ਹੈ। ਜੇ ਉਹ ਟੱਪਣ ਵੀ ਲੱਗਦਾ, ਭੱਜਦਾ ਵੀ ਹੈ, ਤੇ ਕਿਸੇ ਗੱਡੀ ਚ ਨਹੀਂ ਵੱਜਣ ਦਾ ਖਤਰਾ ਰਹਿੰਦਾ, ਕਿਉਂਕਿ ਦੂਜੇ ਪਾਸੇ ਟ੍ਰੈਫਿਕ ਚੱਲਦੀ ਹੈ। ਕਈ ਵਾਰ ਆਪਾਂ ਦੇਖਿਆ ਹੋਣਾ, ਕਈ ਬੰਦੇ ਆਪਣੇ ਥੋੜੇ ਕੁੱਤਿਆਂ ਤੋਂ ਡਰਦੇ ਨੇ, ਉਹ ਦੂਜੇ ਪਾਸੇ ਜੇ ਕੁੱਤਾ ਆਉਂਦਾ ਆਪਾਂ ਦੇਖ ਲਈਏ ਸਾਈਡ ਵਾਕ ਤੇ, ਉਹ ਬੰਦੇ ਪਾਸਾ ਪਲਟਣ ਦੀ ਕੋਸ਼ਿਸ਼ ਕਰਦੇ, ਘੁੰਮ ਕੇ ਉੱਪਰ ਦੀ ਥੋੜਾ ਜਿਹਾ ਗੇੜਾ ਵਲਦੇ ਆ, ਤੇ ਜੇ ਗੇੜਾ ਵਲਣ ਦਾ ਚਾਂਸ ਆ ਜਾਵੇ ਉਹ ਵਿਚਾਰੇ ਨੂੰ ਟ੍ਰੈਫਿਕ ਦੇ ਵਿੱਚ, ਕਿਉਂਕਿ ਤੁਹਾਡੇ ਕੁੱਤੇ ਕਰਕੇ ਉਹਨੂੰ ਪਰੇਸ਼ਾਨੀ ਨਾ ਆਵੇ, ਤੁਸੀਂ ਕਿਸੇ ਦੇ ਘਾਹ ਦੇ ਉੱਤੇ ਮੂਵ ਹੋ ਸਕਦੇ ਹੋ। ਸੋ ਹਮੇਸ਼ਾ ਰੱਖੋ ਜੀ ਕੋਸ਼ਿਸ਼, ਲੈਫਟ ਹੈਂਡ ਸਾਈਡ ਤੇ ਕੁੱਤਾ ਰੱਖੀਏ ਜੀ, ਸੰਨ ਦੇ ਵਿੱਚ ਅੰਗੂਠੇ ਤੇ ਉਂਗਲਾਂ ਦੇ ਵਿੱਚ ਆਪਾਂ ਟ੍ਰੀਟ ਲਾ ਕੇ, ਸੱਜੇ ਹੱਥ ਨਾਲ ਲੀਸ਼ ਫੜ ਕੇ ਉਹਨੂੰ ਝੁੱਕ ਕੇ ਜੀ ਉਹਦੇ ਨੱਕ ਦੇ ਕੋਲ ਕਰਕੇ ਉਹਨੂੰ ਇੱਕ ਇੱਕ ਦੋ ਦੋ ਸਟੈਪਸ ਤੋਂ ਪਹਿਲਾਂ ਸਿਖਾਓ, 2-4 ਸਟੈਪ ਤੁਰਦਾ ਟ੍ਰੀਟ ਦੇ ਦਿਓ, 2-4 ਸਟੈਪ ਤੁਰਦਾ ਟ੍ਰੀਟ ਦਿਓ,
ਸਾਡੇ ਕੋਲੋਂ ਸਾਰਿਆਂ ਨਾਲ ਜੀ ਪਹਿਲਾਂ ਸਾਨੂੰ ਹੀਲਿੰਗ ਹੀ ਸਿਖਾਉਣੀ ਪੈਣੀ ਹੈ, ਜਿਹੜੀ ਸੈਕਿੰਡ ਪੋਜੀਸ਼ਨ ਆ ਉਹੀ ਫਿਰ ਟ੍ਰੀਟ ਜਿਹੜੀ ਉੱਥੇ ਹੀ ਸੰਨ ਦੇ ਵਿੱਚ ਰੱਖ ਕੇ ਅੰਗੂਠੇ ਦੇ ਕੋਲ, ਤੇ ਤੁਸੀਂ ਉਹਨੂੰ ਉੱਪਰ ਨੂੰ ਚੱਕ ਦਿੰਦੇ ਉਹਦੇ ਨਾਸਾ ਦੇ ਕੋਲ ਲਾ ਕੇ ਨੱਕ ਦੇ ਕੋਲ, ਉਹਦੀ ਪਿੱਛੇ ਬੈਕ ਪਿੱਛੇ ਨੂੰ ਮੁੜ ਜਾਂਦੀ ਆ, ਸਿਰ ਉੱਪਰ ਚੁੱਕਿਆ ਜਾਂਦਾ ਤੇ ਉਹ ਬੈਠ ਜਾਂਦਾ, ਫਿਰ ਸਿੱਟ ਹੈ। ਕੁੱਤੇ ਨੇ ਤੁਹਾਡੇ ਨਾਲ ਜੀ ਕਲੈਰੀਫਾਈ ਕਰਦਾ, ਕਦੀ ਅੰਗਰੇਜ਼ੀ ਚ ਗੱਲ ਨਹੀਂ ਕਰਨੀ, ਨਾ ਮੈਂ ਕਦੀ ਅੱਜ ਤੱਕ ਆਪਣੇ 40 ਸਾਲ ਦੇ ਐਕਸਪੀਰੀਅੰਸ ਵਿੱਚ ਦੇਖਿਆ, ਨਾ ਤੁਸੀਂ ਦੇਖਿਆ ਹੋਣਾ, ਨਾ ਕਿਸੇ ਹੋਰ ਨੇ, ਉਹ ਤੁਹਾਡੇ ਨਾਲ ਇੰਗਲਿਸ਼ ਨਹੀਂ ਬੋਲਦਾ, ਨਾ ਉਹ ਪੰਜਾਬੀ ਬੋਲਦਾ। ਉਹਨੂੰ ਕਲੀਅਰ ਕੱਟ ਇੰਸਟਰਕਸ਼ਨ, ਸੋ ਯੈਸ ਨੋ, ਗੁੱਡ ਡੋਗ ਤੇ ਬੈਡ ਡੋਗ ਵਾਲੇ 4-5-10 ਅੱਖਰ ਹੀ ਜਾਣਦਾ। ਇੱਥੇ ਸਪੈਸ਼ਲੀ ਜਦੋਂ ਪੱਪੀਜ਼ ਨੇ, ਉਹਨਾਂ ਨੂੰ ਇਹ ਕਲੀਅਰ ਕੱਟ ਰੱਖਿਆ ਕਰੋ, ਭਈ ਨੋ ਮੀਨਸ ਨੋ ਹੀ ਹੈ, ਜਿਹੜਾ ਚੀਜ਼ ਤੁਸੀਂ ਨਹੀਂ ਚਾਹੁੰਦੇ ਉਹ ਕਰੇ, ਉਹਦਾ ਮਤਲਬ ਨੋ ਹੈ, ਜਿਹੜੀ ਚੀਜ਼ ਤੁਸੀਂ ਚਾਹੁੰਦੇ ਉਹ ਕਰੇ ਤੇ ਉਹ ਕਰ ਰਿਹਾ, ਤੁਸੀਂ ਉਹਨੂੰ ਬਿਠਾਉਣ ਲਈ ਸਿੱਟ ਲਈ ਕਹਿਤਾ ਤੇ ਕੁੱਤਾ ਬੈਠ ਗਿਆ, ਉਹਨੂੰ ਗੁੱਡ ਬੋਏ ਕਰੋ, ਪਿਆਰ ਕਰੋ, ਉਹਨੂੰ ਪ੍ਰੇਜ਼ ਕਰੋ ਜੀ। ਇੱਕ ਨੋ ਦੇ ਵੱਟੇ ਜੀ 4 ਪ੍ਰੇਜ਼ ਜ਼ਰੂਰੀ ਨੇ, ਇੱਕ ਵਾਰ ਤੁਹਾਨੂੰ ਨੋ ਕਰਕੇ ਜਾਂ ਇੱਕ ਵਾਰੀ ਕਰੈਕਟ ਕਰਕੇ ਥੋੜੀ ਲੀਸ਼ ਖਿੱਚ ਕੇ ਕੁੱਤੇ ਨੂੰ ਕਰਨਾ ਪੈਂਦਾ ਕੁਛ ਵੀ, ਜਾਂ ਪੱਪੀ ਨੂੰ ਕਰਨਾ ਪੈਂਦਾ, 4 ਵਾਰੀ ਉਹਨੂੰ ਪ੍ਰੇਜ਼ ਵੀ ਕਰੋ, ਮੁੜ ਮੁੜ ਕੇ ਕਹੋ ਗੁੱਡ ਬੋਏ, ਬੈਡ ਬੈਡ ਵੀ ਕਹਿਣਾ ਜੀ। ਹਾਂਜੀ, ਜੇ ਗਲਤ ਕਰਦਾ ਤਾਂ ਫਿਰ ਨੋ, ਜਿਹੜਾ ਨੋ ਵਰਡ ਹੈ ਜੀ ਪਹਿਲਾਂ ਆਉਣਾ ਚਾਹੀਦਾ, ਉਹਨੂੰ ਕਹੋ ਨੋ ਬੈਡ ਬੋਏ, ਤੇ ਜਦ ਉਹਨੂੰ ਸ਼ੁਰੂ ਕਰਾਉਣਾ ਕੁਛ, ਤੁਸੀਂ ਦੇਖਿਆ ਓਕੇ ਵੀ ਕਹਿੰਦੇ ਹੋ, ਜਦ ਖਾਣਾ ਪਾ ਦਿੱਤਾ ਕੁੱਤਾ ਬੈਠਾ ਤੇ ਤੁਸੀਂ ਕਹਿੰਦੇ ਓਕੇ, ਫਿਰ ਉਹ ਫੂਡ ਜੈਸ ਤੇ ਜਾ ਕੇ ਖਾਣ ਸ਼ੁਰੂ ਕਰਦਾ, ਇਹ ਵੀ ਠੀਕ ਹੈ। ਹਾਂਜੀ ਗਿਲ ਸਰ, ਫਿਰ ਤੁਸੀਂ ਵਰਡਸ ਵਿੱਚ ਐਡ ਕਰੀ ਜਾਂਦੇ ਹੋ ਜੀ, ਫਿਰ ਲੀਵ ਇਟ ਆ ਜਾਂਦਾ ਅੱਗੋਂ, ਤੁਸੀਂ ਜਦੋਂ ਨਹੀਂ ਕਿਸੇ ਚੀਜ਼ ਨੂੰ ਉਹਨੂੰ ਮੂਹਰੇ ਫੂਡ ਰੱਖ ਕੇ ਉਹਨੂੰ ਕਹਿੰਦੇ ਲੀਵ ਇਟ ਟੱਚ ਨਾ ਕਰ, ਜਾਂ ਤੁਸੀਂ ਕਿਸੇ ਟੋਏ ਨੂੰ ਕਰਦੇ ਹੋ ਜਾਂ ਹੋਰ ਨਾਈਸਲੀ, ਮੈਂ ਦੇਖਿਆ ਹੌਲੀ ਫੜਦਾ ਜੀ, ਫਿਰ ਹਾਂਜੀ ਨਹੀਂ ਤਾਂ ਝਪਟ ਮਾਰਦਾ, ਕਮਾਲ ਹੋ। ਸੋ ਉਹ ਪ੍ਰੇ ਡਰਾਈਵ ਤੇ ਫੂਡ ਡਰਾਈਵ ਵਾਲੀ ਗੱਲ ਹੈ ਜੀ, ਜੇ ਫੂਡ ਦੀ ਤੁਸੀਂ ਪਹਿਲਾਂ ਪਹਿਲਾਂ ਕੋਸ਼ਿਸ਼ ਕਰੋਗੇ ਟ੍ਰੀਟ ਦੇਣ ਦੀ, ਨਾ ਹੋ ਸਕਦਾ ਦੰਦੀਆਂ ਵੱਢੇ ਤੁਹਾਡੇ, ਤਾਂ ਉਹਨੂੰ ਉਹਨੂੰ ਨੋ ਕਹਿਣਾ ਹੈ, ਉਦੋਂ ਉਹਨੂੰ ਕਹਿਣਾ ਜੈਂਟਲ ਕਹੋ ਜਾਂ ਕੋਈ ਈਜ਼ੀ ਕਹੋ ਜਾਂ ਕੋਈ ਵੀ ਇਹੋ ਜਿਹਾ ਅੱਖਰ ਤੁਸੀਂ ਵਰਡ ਆਪਣਾ ਰੱਖੋ। ਸੋ ਉਹ ਸਿੱਖ ਜਾਂਦੇ ਆ ਜੀ, ਇਹ ਥੋੜੀ ਮਿਹਨਤ ਹੈ ਪਰ ਸਿਖਾਇਆ ਜਾ ਸਕਦਾ। ਡੋਗ ਟ੍ਰੇਨਿੰਗ ਇੱਕ ਬਹੁਤ ਵੱਡਾ ਵਿਸ਼ਾ ਜੀ, ਜਿਸ ਨੂੰ ਤੁਸੀਂ ਪ੍ਰੈਕਟੀਕਲ ਕਰ ਸਕਦੇ ਹੋ, ਇਸ ਤਰ੍ਹਾਂ ਦੱਸ ਤਾਂ ਸਕਦੇ ਹਾਂ, ਅਸੀਂ ਦੱਸ ਰਹੇ ਹਾਂ। ਅੱਛਾ ਜੀ, ਤੁਰਨਾ ਜਾਂ ਸਿਖਾਤਾ, ਅੱਛਾ ਇੱਕ ਮੈਂ ਇੱਕ ਜਨਰਲ ਸਵਾਲ ਲੋਕਾਂ ਦਾ ਕਿ ਕਿੰਨੀ ਉਮਰ ਤੱਕ ਡੋਗ ਟ੍ਰੇਨ ਹੁੰਦਾ, ਬੰਦਾ ਸਾਰੀ ਜ਼ਿੰਦਗੀ ਟ੍ਰੇਨ ਹੁੰਦਾ, ਡੋਗ ਕਿੰਨੇ ਸਮੇਂ ਤੱਕ ਟ੍ਰੇਨ ਹੁੰਦਾ? ਇਹਦੀ ਕੋਈ ਉਮਰ ਨਹੀਂ ਜੀ, ਬਹੁਤ ਵਧੀਆ ਸਵਾਲ ਹੈ, ਤੁਸੀਂ ਜਦੋਂ ਮਰਜ਼ੀ ਕੁੱਤੇ ਨੂੰ ਟ੍ਰੇਨ ਕਰ ਸਕਦੇ ਹੋ, ਬੁੱਢੇ ਬੰਦੇ ਵੀ ਪੜ੍ਹ ਸਕਦੇ ਆ, ਉਹਦੀ ਕੋਈ ਉਮਰ ਨਹੀਂ, ਪਰ ਫਿਰ ਆਪਣੀ ਤੁਸੀਂ ਆਪਣੇ ਤੇ ਵੇਖੋ, ਸਾਡੇ ਤੇ ਕਿਸੇ ਹੋਰ ਦੇ ਤੇ ਲਾਓ, ਫਿਰ ਸਾਡੀ ਮੈਮਰੀ ਥੋੜੀ ਜਿਹੀ ਘੱਟ ਜਾਂਦੀ ਹੈ, ਨੌਲੇਜ ਗ੍ਰਹਿਣ ਕਰਨ ਦੀ ਜਾਂ ਅਬਜ਼ਰਵ ਕਰਨ ਦੀ ਸ਼ਕਤੀ ਥੋੜੀ ਜਿਹੀ ਘੱਟ ਜਾਂਦੀ ਹੈ, ਉਵੇਂ ਹੀ ਕੁੱਤਿਆਂ ਦਾ ਹਿਸਾਬ ਹੈ ਜੀ। ਪੱਪੀ 13 ਮਹੀਨੇ ਤੱਕ ਕੁੱਤਾ ਬੈਸਟ ਸਿੱਖਦਾ, ਜਦੋਂ 13 ਮਹੀਨੇ ਦੀ ਉਮਰ ਤੱਕ ਜੋ ਮਰਜ਼ੀ ਉਹ ਤੋਂ ਕਰਾ ਲਓ, ਤੇ ਉਹ ਮੈਚਿਓਰਿਟੀ ਆਉਣ ਲੱਗ ਜਾਂਦੀ ਹੈ ਉਦੋਂ ਬਾਅਦ। ਸੋ ਸਿਖਾਇਆ ਜਾ ਸਕਦਾ 13 ਮਹੀਨੇ ਤੋਂ ਬਾਅਦ, 2-4-5 ਸਾਲ ਤੱਕ ਵੀ ਸਿਖਾਇਆ ਜਾਂਦਾ, ਪਰ ਫਿਰ ਉਹਦੇ ਵਿੱਚ ਮਾੜੀਆਂ ਆਦਤਾਂ ਜਿਹੜੀਆਂ ਉਹਨੇ ਸਿੱਖੀਆਂ ਹੋਈਆਂ ਉਹਨਾਂ ਨੂੰ ਕਰੈਕਟ ਕਰਨ ਨੂੰ ਬਹੁਤ ਟਾਈਮ ਲੱਗ ਜਾਂਦਾ। ਸਿਖਾਉਣ ਵਾਲਾ ਪਾਰਟ ਕਦੀ ਵੀ ਕੀਤਾ ਜਾ ਸਕਦਾ, ਫਿਰ ਆਪਾਂ ਨੂੰ ਉਹਦੇ ਵਿੱਚ ਸਿਖਾਉਣਾ ਨਹੀਂ ਇਕੱਲਾ ਪੈਣਾ, ਜਿਹੜੀਆਂ ਉਹਦੀਆਂ ਮਾੜੀਆਂ ਆਦਤਾਂ ਨੇ ਉਹਨੇ ਭੌਂਕਣਾ ਹੈ, ਉਹਦਾ ਮਾੜੀ ਆਦਤ ਹੋਈ ਹੈ ਉਹਨੇ ਵੱਢਣਾ, ਬਾਕੀ ਕੁੱਤਿਆਂ ਨੂੰ ਦੇਖ ਕੇ ਆਪੇ ਤੋਂ ਬਾਹਰ ਹੋਣਾ, ਗਰਾਊਲ ਕਰਨਾ, ਕਈ ਚੀਜ਼ਾਂ ਚਿਊ ਕਰਨੀਆਂ ਨੇ, ਹਰੇਕ ਚੀਜ਼ ਨੂੰ ਖਾ ਜਾਣਾ, ਆਪਾਂ ਨੂੰ ਉਹਨਾਂ ਚੀਜ਼ਾਂ ਤੋਂ ਹਟਾਉਣ ਲਈ ਵੱਧ ਟਾਈਮ ਲਾਉਣਾ ਪੈਣਾ ਟ੍ਰੇਨਿੰਗ ਨਾਲੋਂ। ਜਿਹੜੇ ਚੰਗੀਆਂ ਚੀਜ਼ਾਂ ਗੁਣ ਸਿਖਾਉਣੇ ਤੇ ਅਵਗੁਣ ਕੱਢਣੇ, ਇਹ ਦੋ ਵੱਖਰੀ ਵੱਖਰੀਆਂ ਚੀਜ਼ਾਂ ਨੇ ਜੀ। ਬੈਡ ਹੈਬਿਟਸ ਨੂੰ ਇਲੀਮੀਨੇਟ ਕਰਨਾ, ਬੈਡ ਹੈਬਿਟਸ ਤੋਂ ਹਟਾਉਣਾ, ਤੇ ਚੰਗੀਆਂ ਵਧੀਆ ਉਹਨੂੰ ਹੈਬਿਟਸ ਦੇਣੀਆਂ, ਇਹ ਦੋ ਡਿਫਰੈਂਟ ਸਬਜੈਕਟਸ ਨੇ। ਸੋ ਉਹ ਜਦੋਂ ਮੈਚਿਓਰ ਕਿਸੇ ਵੱਡੀ ਉਮਰ ਦੇ ਡੋਗ ਨਾਲ ਕਰਨਾ ਪੈਣਾ ਜੀ, ਸਾਨੂੰ ਦੋਵੇਂ ਚੀਜ਼ਾਂ ਕਰਨੀਆਂ ਪੈਣੀਆਂ। ਛੋਟੀ ਉਮਰ ਦੇ ਪੱਪੀ ਨਾਲ ਸਾਨੂੰ ਸਿਰਫ ਉਹਨੂੰ ਹੈਬਿਟਸ, ਗੁੱਡ ਹੈਬਿਟਸ ਸਿਖਾਉਣੀਆਂ ਪੈਣੀਆਂ। ਵੈਰੀ ਗੁੱਡ। ਅੱਛਾ ਇਹ ਦੱਸੋ ਬਈ, ਆਪਾਂ ਪੰਜਾਬ ਚ ਵੇਖਿਆ ਕਿ ਖੁੱਲੇ ਕੁੱਤੇ ਛੱਡੇ ਆ, ਚੁੱਲ੍ਹੇ ਕੋਲ ਆ ਗਿਆ, ਉਹਨੇ ਕੁਛ ਡੋਲਤਾ, ਬੀਬੀ ਬੈਠੀ, ਉਹਨੇ ਭੂਕਣਾ ਮਾਰਿਆ, ਚੱਲਵਾ, ਕੁੱਤੇ ਕੁੱਟਦੇ ਆ, ਕੁੱਤੇ ਕਈ ਵਾਰ ਉੱਥੇ ਬੰਨ ਕੇ ਵੀ ਕੁੱਟਦੇ, ਇੱਥੇ ਜਦ ਕੁੱਤਾ ਗਲਤੀ ਤੁਹਾਡਾ ਕਰਦਾ, ਇੱਥੇ ਕੀ ਕਰਨਾ ਚਾਹੀਦਾ? ਬੀਇੰਗ ਏ ਟ੍ਰੇਨਰ, ਤੁਸੀਂ ਕੀ ਕਹਿੰਦੇ ਹੋ ਵੀ ਕੀ ਕੀਤਾ ਜਾ? ਅਸੀਂ ਜੀ ਉਹਨੂੰ ਪੋਜ਼ਿਟਿਵ, ਜੋ ਮਰਜ਼ੀ ਗਿੱਲ ਸਾਹਿਬ ਕਹ ਲਓ, ਬਹੁਤ ਸਾਰੀਆਂ ਟਰਮੀਨੋਲੋਜੀ ਤੁਸੀਂ ਸੁਣੋਗੇ, ਤੁਸੀਂ ਪੜ੍ਹੋਗੇ, ਗੂਗਲ ਤੇ ਜਾਓਗੇ, ਪੋਜ਼ਿਟਿਵ ਰੀਇਨਫੋਰਸਮੈਂਟ ਹੈ ਜੀ, ਆਹ ਹੈ ਉਹ ਹੈ, ਅਸਲ ਵਿੱਚ ਤਾਂ ਜੀ ਇਹ ਸਾਰੀਆਂ ਟ੍ਰੇਨਰਸ ਦੀਆਂ ਕਹਾਣੀਆਂ ਨੇ,
ਕੁੱਤੇ ਨੂੰ ਸਿਖਾਉਣਾ ਹੀ ਪੈਂਦਾ, ਤੁਹਾਨੂੰ ਮਿਹਨਤ ਕਰਨੀ ਪੈਂਦੀ ਆ, ਪੋਜ਼ਿਟਿਵ ਜਾਂ ਨੈਗੇਟਿਵ ਮੈਂ ਨਹੀਂ ਕਹਿੰਦਾ, ਜਦੋਂ ਗਲਤੀ ਕਰਦਾ ਉਹਨੂੰ ਕਰੈਕਟ ਕਰਨਾ ਹੀ ਪੈਂਦਾ, ਤੇ ਕਰੈਕਸ਼ਨ ਉਹਨੂੰ ਦੇਣ ਦੇ ਦੋ ਹੀ ਤਰੀਕੇ ਨੇ, ਜਾਂ ਤਾਂ ਤੁਹਾਡੇ ਤੁਸੀਂ ਅਲਫਾ ਹੀ ਏਡੇ ਤੁਹਾਡੀ ਆਵਾਜ਼ ਦੇ ਵਿੱਚ ਇੰਨਾ ਗੜਕਾ, ਤੁਸੀਂ ਇੰਨੇ ਸਟਰੋਂਗ ਹੋ ਭਾਈ ਨੋ ਕਿਹਾ ਤੇ ਕੁੱਤਾ ਉੱਥੇ ਹੀ ਬੈਠ ਗਿਆ, ਉਹ ਚੀਜ਼ ਨੂੰ ਛੱਡ ਗਿਆ, ਜਿਹੜਾ ਗੰਦਾ ਕੰਮ ਮਾੜੀ ਗੱਲ ਕਰ ਰਿਹਾ ਹੈਬਿਟ ਕਰ ਰਿਹਾ ਉਹ ਛੱਡਤੀ ਉਹਨੇ ਕਿਸੇ ਚੀਜ਼ ਨੂੰ। ਬੂਟਾ ਆਪਣਾ ਕੋਈ ਪੱਟਣ ਲੱਗਿਆ ਹੈ ਜਾਂ ਮਿੱਟੀ ਪੱਟ ਰਿਹਾ ਹੈ ਕੁਛ ਇਹੋ ਜਿਹਾ, ਟੋਆ ਪੱਟ ਰਿਹਾ ਪਿੱਛੇ ਕਿਸੇ ਚੀਜ਼ ਨੂੰ ਖਾ ਰਿਹਾ, ਆਪਾਂ ਨੂੰ ਨੋ ਕਹਿਤਾ ਤੇ ਉਹਦਾ ਨਾਂ ਲੈ ਤਾ, ਨੋ ਕਹਿ ਕੇ ਸਿੰਬਾ ਕਹਿਤਾ, ਵੱਟ ਐਵਰ ਤੁਸੀਂ ਨਾਂ ਰੱਖਿਆ ਹੋਇਆ, ਸੋ ਉੱਥੇ ਹੀ ਬੈਠ ਜਾਵੇ। ਤੁਸੀਂ ਐਡੇ ਵਧੀਆ ਐਲਫਾ ਟ੍ਰੇਨਰ ਹੋ, ਤੁਹਾਡੀ ਆਵਾਜ਼ ਚ ਇੰਨਾ ਗੜਕਾ, ਤੁਹਾਨੂੰ ਐਲਫਾ ਐਕਸੈਪਟ ਕਰਦਾ ਉਹ ਤੋਂ ਹਟ ਜਾਂਦਾ। ਤੇ ਦੂਜਾ ਤਰੀਕਾ ਤਾਂ ਫਿਰ ਕਰੈਕਸ਼ਨ ਹੈ ਜੀ, ਉਹਨੂੰ ਉਹਨੂੰ ਕਰੈਕਟ ਹੀ ਕਰਨਾ ਪੈਣਾ, ਜਾ ਕੇ ਉਹਨੂੰ ਦੱਸਣਾ ਪੈਣਾ ਵੀ ਦਿਸ ਇਜ਼ ਰੋਂਗ, ਉਹਨੂੰ ਟਾਈਮ ਆਊਟ ਦਿਓ, ਉਹਨੂੰ ਕਰੇਟ, ਤਾਂ ਹੀ ਆਪਾਂ ਪਹਿਲੇ ਐਪੀਸੋਡ ਚ ਗੱਲ ਕੀਤੀ ਸੀ, ਕਰੇਟ ਜਦੋਂ ਤੁਸੀਂ ਪੱਪੀ ਲੈ ਕੇ ਆਉਣਾ ਇੱਕ ਵਧੀਆ ਕਰੇਟ ਵੀ ਨਾਲ ਲੈ ਕੇ ਆਓ, ਉਹਨੂੰ ਸਿਖਾਇਆ ਜਾਂਦਾ ਭਾਈ ਨੋ ਦਿਸ ਇਜ਼ ਨਾਟ ਐਕਸੈਪਟੇਬਲ, ਚੱਲ ਤੂੰ ਹੁਣ ਕਰੇਟ ਚ ਜਾ, ਟਾਈਮ ਆਊਟ। ਗਲਤ ਕੀਤਾ, ਗਲਤ ਕੀਤਾ। ਇੱਥੇ ਮਾਰਨ ਵਾਲਾ ਤਰੀਕਾ ਜੀ ਠੀਕ ਨਹੀਂ, ਇੱਥੇ ਤੁਸੀਂ ਮਾਰ ਨਹੀਂ ਸਕਦੇ, ਜਿਵੇਂ ਆਪਾਂ ਬੱਚਿਆਂ ਦੇ ਵਿੱਚ ਬਿੜ ਨਹੀਂ ਮਾਰ ਸਕਦੇ ਘਰੇ ਬੱਚਿਆਂ ਨੂੰ ਵੀ, ਇੰਡੀਆ ਸਾਡੇ ਵੀ ਫੈਂਟੀ ਲੱਗਦੀ ਰਹੀ ਆ, ਤੁਹਾਡੇ ਵੀ ਮੇਰਾ ਖਿਆਲ ਸਾਰਿਆਂ ਦੇ ਲੱਗ ਜਾਂਦੀ ਰਹੀ ਆ, ਮਾਸਟਰ ਵੀ ਸਾਨੂੰ ਛਿੱਲ ਕੇ ਤੇ ਛਾਂ ਕੇ ਰੱਖਦੇ ਸੀ ਘਰੇ, ਬਾਪੂ ਛਾਂਗਦੇ। ਹਾਂਜੀ, ਉੱਥੇ ਕਹਿੰਦੇ ਜੀ ਰੰਬਾ ਤੇ ਮੁੰਡਾ ਜਿੰਨਾ ਚੰਡਿਆ ਜਾਵੇ ਉਨਾ ਥੋੜਾ, ਇੱਥੇ ਉਹ, ਇੱਥੇ ਉਹ ਕੰਮ ਨਹੀਂ, ਤੁਹਾਡੇ ਵੀ ਬੱਚੇ ਪਾਲੇ ਤੁਸੀਂ ਯੂਨੀਵਰਸਿਟੀ ਭੇਜ ਤੇ ਸਾਡੇ ਵੀ ਯੂਨੀਵਰਸਿਟੀ ਚਲੇ ਗਏ, ਸੋ ਇੱਥੇ ਮੁੰਡੇ ਨੂੰ ਚੰਡਿਆ ਨਹੀਂ ਜਾ ਸਕਦਾ, ਇੱਥੇ ਟਾਈਮ ਆਊਟ ਆ। ਮੈਂ ਗੋਰਿਆਂ ਦੇ ਨਾਲ ਵੇਖਦਾ ਜਾਂ ਟੀਚਰ ਸਕੂਲ ਦੇ ਵਿੱਚ ਵੀ, ਉਹ ਡਿਸਿਪਲਿਨ ਕਰਨ ਦਾ ਤਰੀਕਾ ਹੋਰ ਹੈ ਜੀ, ਡਿਸਿਪਲਿਨ ਹੈ ਪਰ ਤਰੀਕਾ ਵੱਖਰਾ। ਮੇਰਾ ਖਿਆਲ ਇਹਨਾਂ ਦੀ ਹੱਡੀ ਥੋੜੀ ਜਿਹੀ ਨਰਮ ਹੈ ਜੀ, ਇੱਥੇ ਇਹ ਛੇਤੀ ਸਿੱਖ ਜਾਂਦੇ ਨੇ, ਚਾਹੇ ਉਹ ਪੱਪੀਜ਼ ਨੇ ਚਾਹੇ ਬੱਚੇ ਨੇ। ਬੱਚਿਆਂ ਨੂੰ ਵੀ ਕਹੀਦਾ ਵਾ ਖੂੰਜੇ ਚ ਉਹਦੇ ਕੋਰਨਰ ਵਿੱਚ ਮੂੰਹ ਕਰਕੇ ਖੜਾ ਹੋ ਜਾ, ਟਾਈਮ ਆਊਟ ਹੈ, ਤੇ ਉਵੇਂ ਪੱਪੀ ਨੂੰ ਕਰੇਟ ਹੈ। ਡੌਗ ਨੂੰ ਵੀ ਕਰੇਟ ਹੈ ਜੀ, ਕਾਮਯਾਬ ਹੈ, ਉਹਨੂੰ ਦੋ ਘੰਟੇ ਅੰਦਰ ਬੰਦ ਰੱਖੋ ਵੀ ਤੇਰੀ ਗਲਤੀ, ਉਹ ਬਹੁਤ ਛੇਤੀ ਰਿਅਲਾਈਜ਼ ਕਰ ਲੈਂਦਾ ਵੀ ਮੈਂ ਆਹ ਕੰਮ ਕੀਤਾ ਸੀ ਤੇ ਮੈਨੂੰ ਆਹ ਸਜ਼ਾ ਮਿਲ ਗਈ, ਮੇਰਾ ਟਾਈਮ ਆਊਟ ਹੋ ਗਿਆ। ਸੋ ਸਿਖਾਉਣਾ ਕੋਈ ਔਖਾ ਨਹੀਂ ਜੀ, ਸਿਖਾਇਆ ਜਾ ਸਕਦਾ, ਭੂਕ ਨਾ ਮਾਰਨ ਵਾਲੀ ਗੱਲ ਤੇ ਡੰਡਾ ਮਾਰਨ ਵਾਲੀ ਗੱਲ ਇੱਥੇ ਕਾਮਯਾਬ ਨਹੀਂ ਹੋਣੀ, ਕਿਸੇ ਨੇ ਤੁਹਾਨੂੰ ਰਿਪੋਰਟ ਕਰ ਦੇਣਾ, ਤੁਸੀਂ ਐਨੀਮਲ ਬਾਇਲਾ ਵਾਲਿਆਂ ਨੇ ਆ ਜਾਣਾ ਜਾਂ ਸਿਟੀ ਵਾਲਿਆਂ ਨੇ ਆ ਜਾਣਾ ਤੇ ਤੁਸੀਂ ਹੋਰ ਔਖੇ ਚੱਕਰਾਂ ਚ ਪੈ ਜਾਓ। ਅੱਛਾ ਬਾਈ ਜੀ, ਇਹ ਦੱਸਿਓ ਵੀ ਵੱਢਦਾ ਕਾਹਦਾ ਕੁੱਤਾ, ਵੱਢਣ ਕਿਵੇਂ ਲੱਗਦਾ? ਕਈ ਤਾਂ ਬਹੁਤ ਵਿਸ਼ੀਅਸ ਗੁੱਸੇ ਚ, ਉਹਦੇ ਕਾਰਨ ਕੀ ਨੇ? ਬੰਦੇ ਦੀ ਗਲਤੀ ਆ ਜਾਂ ਬਰੀਡ ਦੀ ਗਲਤੀ ਆ ਜਾਂ ਉਹ ਪੱਪੀ ਦੀ ਬਲੱਡ ਲਾਈਨ ਇਹੋ ਜਿਹੀ ਆ, ਵੱਢਣ ਕਦ ਲੱਗਦਾ? ਨਹੀਂ ਜੀ, ਪੱਪੀ ਦੀ ਉਹਦੇ ਵਿੱਚ ਕੋਈ ਗਲਤੀ ਨਹੀਂ, ਬਰੀਡਰ ਦੀ ਵੀ ਕੋਈ ਗਲਤੀ ਨਹੀਂ। ਦੇਖੋ ਜੇ ਤੁਸੀਂ ਹੁਣ ਵਰਕਿੰਗ ਲਾਈਨ ਦਾ ਕੋਈ ਕੁੱਤਾ ਲਿਆ ਹੋਇਆ, ਕੋਈ ਵੀ ਬਰੀਡ ਵਰਕਿੰਗ ਬਰੀਡ ਹੈ, ਉਹਦੀ ਹਾਈ ਡਰਾਈਵ ਪ੍ਰੇ ਡਰਾਈਵ ਵਾਲਾ ਕੁੱਤਾ, ਤੁਸੀਂ ਉਹਨੂੰ ਆਪਦੇ ਘਰੇ ਰੱਖ ਕੇ ਕੁਛ ਵੀ ਨਹੀਂ ਕਰਾ ਰਹੇ ਉਹਦੇ ਕੋਲੋਂ, ਉਹਦੀ ਐਨਰਜੀ ਵੇਸਟ ਨਹੀਂ ਹੋ ਰਹੀ ਕਿਤੇ, ਉਹ ਪਾਇਲ ਅਪ ਹੋਈ ਜਾਂਦੀ, ਜਮ੍ਹਾਂ ਹੋਈ ਜਾਂਦੀ ਹੈ, ਇੱਕ ਕਹਿ ਤਰੀਕੇ ਨਾਲ ਆਪਾਂ ਕਹਿ ਸਕਦੇ ਜਮ੍ਹਾਂ ਹੋਈ ਜਾਂਦੀ ਹੈ। ਸੋ ਉਹਨੂੰ ਕਿਤੇ ਨਾ ਕਿਤੇ ਉਹਨੂੰ ਚੈਨਲ ਕਰਨਾ ਪੈਣਾ, ਸੋ ਜਾਂ ਤਾਂ ਉਹ ਵੱਢਦਾ, ਵੱਢਣ ਦੇ ਦੋ ਕਾਰਨ ਨੇ ਜੀ, ਜਾਂ ਤਾਂ ਡਿਫੈਂਸਿਵ ਡਰਾਈਵ ਚ ਆ ਕੇ ਵੱਢਦਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ, ਕੋਰਨਰ ਕਰਤਾ ਕੁੱਤਾ, ਕਿਤੇ ਨਾ ਕਿਤੇ ਉਹਦੇ ਬੈਕ ਆਫ ਦ ਬ੍ਰੇਨ ਉਹਦੇ ਦਿਮਾਗ ਦੇ ਵਿੱਚ ਹੈ ਤੇ ਉਹਨੂੰ ਅਬਿਊਜ਼ ਕੀਤਾ ਗਿਆ। ਜੇ ਤੁਸੀਂ ਨੀ ਕੀਤਾ, ਕਿਸੇ ਟ੍ਰੇਨਰ ਕੋਲੇ ਛੱਡਿਆ, ਕਿਸੇ ਨੇ ਹੋਰ ਨੇ ਕਰਤਾ, ਜਾਂ ਤੁਸੀਂ ਕਿਸੇ ਤੁਹਾਡੇ ਕੇਅਰ ਟੇਕਰ ਆ, ਜਿਵੇਂ ਮੈਂ ਪਿੱਛੇ ਆਪ ਜੀ ਨੇ ਹੁਣੀ ਗੱਲ ਹੋਈ ਸੀ, ਕਿਸੇ ਦੇ ਬਹੁਤ ਚੰਗੇ ਸੈਲਬ੍ਰਿਟੀ ਦੇ ਕਿਤੇ ਕੁੱਤੇ ਨੇ, ਆਪ ਇੱਥੇ ਆ ਗਏ, ਕੁੱਤੇ ਉੱਥੇ ਰਹਿ ਗਏ, ਸੋ ਕੁੱਤੇ ਦੇਖਣ ਤੋਂ ਬਾਅਦ ਮੈਨੂੰ ਐ ਲੱਗਿਆ ਜੀ ਵੀ ਉੱਥੇ ਜਿਹੜੇ ਕੇਅਰ ਟੇਕਰ ਉਹਨਾਂ ਦੇ ਰੱਖੇ ਹੋਏ ਸੀ ਕੰਮ ਵਾਲੇ, ਵੀ ਉਹ ਇੰਡੀਆ ਵਾਲੇ ਹਿਸਾਬ ਨਾਲ ਉਹ ਠੋਕਦੇ ਰਹੇ ਨੇ ਕੁੱਤਿਆਂ ਨੂੰ, ਤੁਸੀਂ ਇੱਥੋਂ ਮਾੜਾ ਜਿਹਾ ਡੰਡਾ ਵੀ ਚੱਕਦੇ ਸੀ ਸਫਾਈ ਕਰਨ ਨੂੰ ਕੁਛ ਹੋਰ, ਤਾਂ ਕੁੱਤਾ ਤੁਹਾਨੂੰ ਵੱਢਣ ਨੂੰ ਪੈਂਦਾ ਸੀ, ਕੁੱਤਾ ਕਹਿੰਦਾ ਸੀ ਮੈਂ ਖਾ ਲਾ ਤੈਨੂੰ, ਫੂਡ ਮੂਹਰੇ ਰੱਖੋ ਤੇ ਤਾਂ ਵੀ ਭੱਜ ਭੱਜ ਕੇ ਪੈਂਦਾ ਸੀ, ਉਹਦੇ ਕਾਲਰ ਨੂੰ ਹੱਥ ਪਾਓ, ਉਹਦੇ ਬਾਡੀ ਦੇ ਉੱਤੇ ਹੱਥ ਫੇਰਦਾ ਸੀ ਤਾਂ ਮੈਨੂੰ ਖਾਣ ਨੂੰ ਆਉਂਦਾ ਸੀ, ਕਿਉਂਕਿ ਉਹ ਪਿੱਛੇ ਅਬਿਊਜ਼ ਕਰ ਦਿੱਤਾ ਗਿਆ। ਉਹਦੇ ਮੈਂਟਲ ਸਟੇਟ ਕੁੱਤੇ ਦੀ ਦੇ ਵਿੱਚ ਇਹੀ ਹੈ ਵੀ ਜਦੋਂ ਵੀ ਮੈਨੂੰ ਕੋਈ ਗਲ ਤੋਂ ਫੜਦਾ ਕਾਲਰ ਤੋਂ, ਜਾਂ ਮੈਨੂੰ ਕੋਈ ਡੰਡਾ ਜਿਹਾ ਲੈ ਕੇ ਸਫਾਈ ਕਰਨ ਵਾਲਾ ਆ ਰਿਹਾ, ਤੇ ਮੈਨੂੰ ਮਾਰੂਗੇ, ਤੇ ਉਹ ਵੱਢਦਾ ਸੀਗਾ, ਉਹ ਭੌਂਕਦਾ ਸੀ, ਉਹ ਵੀ ਕਾਰਨ ਹੋ ਸਕਦਾ। ਤੇ ਕਈ ਚੀਜ਼ਾਂ ਜੀ ਜਦੋਂ ਤੁਸੀਂ ਕੁੱਤੇ ਨੂੰ ਸੋਸ਼ਲਾਈਜ਼ ਕਰਦੇ ਹੋ ਜਾਂ ਟ੍ਰੇਨਡ ਕਰਨ ਲੱਗਦੇ, ਕਈ ਚੀਜ਼ਾਂ ਅਵੋਇਡ ਕਰਨ ਵਾਲੀਆਂ ਨੇ ਬਹੁਤ ਵੱਡੀਆਂ। ਇੱਕ ਤਾਂ ਜੀ ਤੁਸੀਂ ਆਫ ਲੀਸ਼ ਪਾਰਕ ਅਵੋਇਡ ਕਰੋ, ਉਹ ਬਹੁਤ ਵਧੀਆ, ਬਹੁਤ ਬਹੁਤ ਵੱਡਾ ਇਹ ਨੁਕਸਾਨ ਕਰ ਰਹੇ ਆ ਆਪਣੇ ਕੁੱਤਿਆਂ ਲਈ, ਕਿਉਂਕਿ ਉੱਥੇ ਤੁਹਾਡੇ ਨਾਲੋਂ, ਤੁਹਾਡੀ ਬਰੀਡ ਨਾਲੋਂ ਹੋ ਸਕਦਾ ਵੱਡੇ ਕੁੱਤੇ ਵੀ ਹੋਣ। ਤੁਸੀਂ ਜਿੰਨੇ ਵੀ ਆਫ ਲੀਸ਼ ਪਾਰਕਸ ਨੇ, ਮੈਂ ਕਹਿੰਦਾ ਤੁਸੀਂ ਕੁੱਤਾ ਛੱਡਣ ਤੋਂ ਪਹਿਲਾਂ ਉੱਥੇ 15 ਮਿੰਟ ਬੈਠ ਕੇ ਦੇਖੋ ਕਾਰ ਚ,
ਜਾ ਕੇ ਲੋਕ ਕਰ ਕੀ ਰਹੇ ਨੇ, ਲੋਕੀ ਸੋਸ਼ਲਾਈਜ਼ ਕਰਨ ਜਾਂਦੇ ਨੇ ਜੀ, ਉੱਥੇ ਸਿਗਰਟਾਂ ਪੀਂਦੇ ਨੇ, ਗੱਪਾਂ ਮਾਰਦੇ ਨੇ, ਸਾਈਡ ਦੇ ਬੈਂਚ ਤੇ ਬੈਠੇ 10 ਕੁੱਤੇ ਛੱਡੇ ਹੋਏ ਨੇ, ਤੁਹਾਡੇ ਵਾਲਾ ਪੱਪੀ ਛੋਟਾ, ਹਾਂਜੀ ਤੁਹਾਡਾ ਪੱਪੀ ਛੋਟਾ, ਕਿਸੇ ਵੱਡੇ ਕੁੱਤੇ ਨੇ ਆ ਕੇ ਉਹਨੂੰ ਅਟੈਕ ਕਰਤਾ, ਉਹਨੂੰ ਵੱਢ ਲਿਆ, ਤੁਹਾਡਾ ਕੁੱਤਾ ਸਦਾ ਲਈ ਖਤਮ ਹੋ ਜਾਣਾ, ਫਿਰ ਉਹਨੇ ਹਰ ਵੱਡੇ ਕੁੱਤੇ ਨੂੰ ਦੇਖ ਕੇ ਜਾਂ ਤਾਂ ਭੌਂਕਿਆ ਕਰੂਗਾ ਇਸ ਡਰੋਂ ਵੀ ਮੈਨੂੰ ਆ ਕੇ ਵੱਢ ਨਾ ਲਏ ਉਹ, ਤੇ ਜਾਂ ਫਿਰ ਆਪ ਵੱਢਣ ਲੱਗ ਜੂਗਾ ਉਹ। ਦੋਵਾਂ ਦੇ ਵਿੱਚੋਂ ਇੱਕ ਚੀਜ਼ ਹੋਣੀ ਹੋਣੀ, ਕਿਉਂਕਿ ਐਜ਼ ਅ ਜਨਰਲ ਪੈਟ ਓਨਰ ਆਪਾਂ ਆਮ ਘਰਾਂ ਦੇ ਵਿੱਚੋਂ ਸਾਨੂੰ ਨਹੀਂ ਪਤਾ ਵੀ ਉਹ ਕੁੱਤੇ ਨੂੰ ਉੱਥੋਂ ਕੱਢਣਾ ਕਿਵੇਂ। ਹੁਣ ਇਹ ਚੀਜ਼ਾਂ ਜੀ ਸਿਖਾਈਆਂ ਦਿਖਾਈਆਂ ਜਾ ਸਕਦੀਆਂ, ਰੇਡੀਓ ਤੇ ਦੱਸਣਾ ਬਹੁਤ ਔਖਾ, ਪਰ ਫਿਰ ਵੀ ਮੈਂ ਕਹਿੰਦਾ ਜੀ ਜੇ ਕਿਸੇ ਨਾਲ ਵੀ ਇਹੋ ਜਿਹਾ ਚਾਂਸ ਹੋ ਜਾਂਦਾ ਜਿੱਥੇ ਤੁਹਾਡਾ ਛੋਟਾ ਪੱਪੀ ਵੱਡੇ ਕੁੱਤੇ ਨੇ ਕਿਸੇ ਨੇ ਅਟੈਕ ਕਰਤਾ, ਪੱਪੀ ਨੂੰ ਉੱਥੋਂ ਸਿਚੁਏਸ਼ਨ ਚੋਂ ਕੱਢ ਲਓ, ਉਸੇ ਵੇਲੇ ਉਹਨੂੰ ਚੁੱਕੋ, ਕੋਈ ਉੱਥੇ ਨਾਲ ਹੋਰ ਨਰਮ ਸੁਭਾਅ ਦਾ ਕੁੱਤਾ ਜਿਹੜਾ ਜਿਹੜਾ ਬਾਕੀ ਨਾਲ ਖੇਡ ਰਿਹਾ, ਜਿਹੜਾ ਡਿਸਟਰਕਟਿਵ ਨਹੀਂ ਗਾ, ਜਿਹਨੂੰ ਪੱਪੀਆਂ ਨਾਲ ਸੋਸ਼ਲਾਈਜ਼, ਉਹਨੂੰ ਉਸ ਕੁੱਤੇ ਨਾਲ ਜਦੇ ਹੀ ਛੱਡ ਦੋ, ਥੋੜੇ ਮਿੰਟਾਂ ਦੇ ਵਿੱਚ ਹੀ ਦੂਜੇ ਕੁੱਤੇ ਨਾਲ ਛੱਡੋ ਜਿਹੜਾ ਉਹਨੂੰ ਨੁਕਸਾਨ ਨਹੀਂ ਕਰੇਗਾ, ਤਾਂ ਕਿ ਕੁੱਤੇ ਦੇ ਦਿਮਾਗ ਚੋਂ ਇਹ ਗੱਲ ਨਿਕਲ ਜੇ ਵੀ ਸਾਰੇ ਜਿਹੜੇ ਵੱਡੇ ਕੁੱਤੇ ਉਹ ਵੱਢਣ ਵਾਲੇ ਹੀ ਨੇ। ਜੇ ਉਹ ਖੇਡਣ ਵਾਲਾ ਮਿਲ ਗਿਆ ਜੀ ਉਹ ਸਦਾ ਲਈ ਠੀਕ ਹੋ ਜਾਊਗਾ ਉਹਦੇ ਦਿਮਾਗ ਚੋਂ, ਨਹੀਂ ਤਾਂ ਫਿਰ ਉਹ ਤੁਹਾਡਾ ਕੁੱਤਾ ਟੋਨ ਡਾਊਨ ਕਹਿੰਦੇ ਹੁੰਦੇ ਜੀ, ਦਿਮਾਗ ਚੋਂ ਤੇ ਇਹੀ ਗੱਲ ਬੈਠ ਜਾਂਦੀ ਕਿ ਮੈਨੂੰ ਵੱਢਣਾ ਪੈਣਾ, ਜਾਂ ਉਹ ਵੱਡਾ ਆ ਗਿਆ ਭੌਂਕੂਗਾ ਤੇ ਜਾਂ ਵੱਢ ਕੇ ਮੇਰਾ ਗੁਜ਼ਾਰਾ, ਮੈਂ ਉਵੇਂ ਬਚਣਾ ਨੀ। ਇਸ ਨੂੰ ਸਮ ਅਪ ਕਰਦੇ ਆ ਇੱਕ ਬ੍ਰੇਕ ਲੈ ਕੇ, ਕਿ ਜਦ ਤੁਸੀਂ ਵਾਕ ਤੇ ਜਾਂਦੇ ਹੋ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ, ਜਦ ਕੋਈ ਅਨੋਪੜ ਮਿਲਦਾ ਫਿਰ ਡੋਗ ਨੂੰ ਤੁਸੀਂ ਕਿਵੇਂ ਕੀ ਕਰਾਉਣਾ, ਤੇ ਦੂਸਰਾ ਡੋਗ ਜਦ ਉਹਨੂੰ ਮਿਲਦਾ ਵਾਕ ਤੇ ਗਏ ਨੂੰ ਉਹਦੇ ਲਈ ਐਕਨੋਲੇਜ ਕਿਵੇਂ ਕਰਾਉਣਾ ਦੂਜੇ ਓਨਰ ਤੋਂ, ਤੇ ਉਹਦਾ ਪ੍ਰੋਟੋਕਾਲ ਕੀ ਆ ਕਿ ਕਿਸ ਤਰ੍ਹਾਂ ਤੁਸੀਂ ਡੋਗ ਦੂਜੇ ਡੋਗ ਹੈਂਡਲਰ ਦੇ ਨਾਲ ਦੂਜੇ ਮਾਲਕ ਨਾਲ ਮਿਲਾਉਣਾ, ਕਿਉਂਕਿ ਮੋਸਟਲੀ ਤੁਸੀਂ ਦੇਖੋਗੇ ਗੋਰੇ ਲੋਕ ਜੇ ਕੁੱਤਾ ਲੈ ਕੇ ਲੰਘ ਰਹੇ ਨੇ ਉਹ ਪਹਿਲਾਂ ਤੋਂ ਪਰਮਿਸ਼ਨ ਲੈਂਦੇ ਵੀ ਇਹਨਾਂ ਨੂੰ ਆਪਾਂ ਮਿਲਾ ਦਈਏ, ਮੈਂ ਟੱਚ ਕਰ ਲਵਾਂ, ਤੇ ਆਪਾਂ ਵੀ ਥੋੜਾ ਜਿਹਾ ਪ੍ਰੋਫੈਸ਼ਨਲਿਜ਼ਮ ਹੋਵੇ ਸੜਕ ਤੇ ਤੁਰੇ ਜਾਂਦੇ ਵੀ ਉਹਨੂੰ ਕਿਵੇਂ ਆਪਾਂ ਐਕਨੋਲੇਜ ਕਰਨਾ, ਉਹਦੀ ਮਿੰਗਲਿੰਗ ਜਿਹੜੀ ਹੋਣੀ ਆ, ਉਹਨੇ ਇੱਕ ਦੂਜੇ ਨੂੰ ਮਿਲਣਾ, ਕਿਉਂਕਿ ਵੱਡਾ ਹੋ ਸਕਦਾ ਛੋਟਾ ਹੋਵੇ, ਉਹਨੇ ਇੱਕ ਦੂਜੇ ਨੂੰ ਲਿਖ ਕਰਨਾ ਹੈ, ਇਹ ਸਾਰੀਆਂ ਚੀਜ਼ਾਂ ਫਿਰ ਉਹਦੇ ਨਾਲ ਆਉਂਦੀਆਂ ਨੇ। ਟੌਪ ਆਫ ਦਾ ਆਵਰ ਇੱਕ ਬ੍ਰੇਕ ਲੈ ਲਈਏ ਤੇ ਫਿਰ ਆਪਾਂ ਅਗਲੇ 5-7 ਮਿੰਟ 'ਚ ਇਸ ਨੂੰ ਸਮ ਅਪ ਕਰਦੇ। ਇਸ ਨੂੰ ਜੀ ਟ੍ਰੇਨਿੰਗ ਵਾਲੇ ਐਪੀਸੋਡ ਨੂੰ ਆਪਾਂ ਖੈਰ ਗੱਲ ਕਰਦੇ ਰਹਿਣਾ ਅੱਗੇ ਵੀ, ਇਸ ਨੂੰ ਆਪਾਂ ਸਮ ਅਪ ਕਰਨਾ ਹੋਵੇ ਜੇ ਇਸ ਤੇ ਜਿਹੜੇ ਕੀ ਨੋਟਸ ਦੇ ਬਾਹਰ ਤੁਸੀਂ ਦੱਸਣੇ ਆ ਉਹ ਕੀ ਨੇ? ਗਿੱਲ ਸਾਹਿਬ, ਕੋਈ ਵੀ ਪੱਪੀ ਜਾਂ ਡੋਗ ਟ੍ਰੇਨ ਕਰਨ ਲਈ, ਕਿਉਂਕਿ ਆਪਣਾ ਬੇਸਿਕ ਜਿਹੜਾ ਮੇਨਲੀ ਟੋਪਿਕ ਪੱਪੀਜ਼ ਦੇ ਉੱਤੇ, ਕਿਉਂਕਿ ਆਪਾਂ ਉੱਥੋਂ ਫਾਊਂਡੇਸ਼ਨ ਤੋਂ ਲੈ ਕੇ ਤੁਰਨਾ ਜੀ ਜੀ, 4-5 ਜਿਹੜੇ ਪਹਿਲੂ ਤੁਹਾਨੂੰ ਬਹੁਤ ਜ਼ਰੂਰੀ ਨੇ ਦੇਖਣੇ, ਪਹਿਲਾਂ ਤਾਂ 1-on-1 ਟ੍ਰੇਨਿੰਗ ਕਰੋ ਤੁਸੀਂ, ਪਿੱਛੇ ਆਪਦੇ ਯਾਰਡ ਵਿੱਚ ਇੱਕ ਬੰਦਾ ਹੀ ਟ੍ਰੇਨਡ ਕਰੇ ਜੀ ਕੁੱਤੇ ਨੂੰ, ਸਾਰਾ ਟੱਬਰ ਨਾ ਪਵੇ, ਸਾਰੇ ਬੱਚੇ ਸਾਰੇ ਨਹੀਂ ਟ੍ਰੇਨਡ ਕਰ ਸਕਦੇ। ਹਾਂ, ਐਕਸਾਈਟਮੈਂਟ ਬਹੁਤ ਹੁੰਦੀ ਹੈ, ਨਵਾਂ ਜੀ ਘਰ ਦੇ ਵਿੱਚ ਆਇਆ, ਨਵਾਂ ਮੈਂਬਰ ਆਇਆ, ਸਾਰੇ ਐਕਸਾਈਟਡ ਨੇ, ਜਦੋਂ ਸਾਰੇ ਹੀ ਫੂਡ ਪਾਉਣ ਲੱਗ ਜਾਂਦੇ ਆ ਜੀ, ਜਦੋਂ ਸਾਰੇ ਹੀ ਆਪਦੀ ਆਪਦੀ ਟ੍ਰੇਨਿੰਗ ਕਰਨ ਲੱਗ ਜਾਂਦੇ, ਫਿਰ ਔਖਾ ਹੋ ਜਾਂਦਾ। ਉਹ ਜਿਹੜਾ ਪੱਪੀ ਜਾਂ ਕੁੱਤਾ ਹੈ ਤੁਸੀਂ ਉਹਨੂੰ ਬਹੁਤ ਕਨਫਿਊਜ਼ ਕਰ ਦਿੰਦੇ ਹੋ, ਹਰੇਕ ਦਾ ਤਰੀਕਾ ਸਮਝਾਉਣ ਦਾ ਤੇ ਕਰਨ ਦਾ ਅੱਡਾ। ਮੇਰੇ ਵਰਗੇ ਜਾਂ ਹੋਰ ਲੱਖਾਂ ਕਰੋੜਾਂ ਟ੍ਰੇਨਰਸ ਨੇ, ਹਰ ਟ੍ਰੇਨਰ ਦਾ ਤਰੀਕਾ ਟ੍ਰੇਨਿੰਗ ਦਾ ਵੱਖਰਾ, ਕੋਈ ਇੱਕ ਸਕੂਲ ਤੋਂ ਹਰੇਕ ਨਹੀਂ ਪੜ੍ਹਿਆ ਅਸੀਂ, ਕੋਈ ਮਾਈਕਰੋਸਾਫਟ ਦੇ ਕੰਪਿਊਟਰ ਨਹੀਂ, ਵੀ ਸਾਰਿਆਂ ਦਾ ਪ੍ਰੋਗਰਾਮ ਜਿਹੜਾ ਵਿੰਡੋਜ਼ ਹੀ ਹੈ, ਹਰ ਇੱਕ ਬੰਦੇ ਦਾ ਇੰਡੀਵਿਜੁਅਲ ਦਿਮਾਗ ਹੈ, ਅਸੀਂ ਹਰ ਇੱਕ ਟ੍ਰੇਨਰ ਦਾ ਆਪਦਾ, ਹਰ ਇੱਕ ਪੱਪੀ ਦਾ ਇਸੇ ਤਰ੍ਹਾਂ, ਹਰ ਡੋਗ ਦਾ ਇੰਡੀਵਿਜੁਅਲ ਦਿਮਾਗ ਹੈ ਜੀ, ਉਹ ਇੱਕ ਤਰੀਕੇ ਨਾਲ ਨਹੀਂ ਸਿੱਖਦੇ। ਸੋ ਇਸ ਕਰਕੇ ਕੋਸ਼ਿਸ਼ ਕਰੋ, ਪਹਿਲਾਂ ਜਿਹੜੀ ਬੇਸਿਕ ਟ੍ਰੇਨਿੰਗ ਹੈ, ਸਿੱਟ ਸਟੇ ਹੈ, ਡਾਊਨ ਹੈ, ਰੀਕਾਲ ਹੈ, ਤੁਸੀਂ ਕੁੱਤਾ ਭੱਜਿਆ ਦੂਰ ਆ ਕਿਤੇ ਤਾਂ ਉਹਨੂੰ ਕਾਲ ਕਰਦੇ ਹੋ ਵਾਪਸ, ਕੁੱਤਾ ਤੁਹਾਡੇ ਕੋਲ ਆਉਂਦਾ, ਇਹੋ ਜਿਹੜੇ ਮੇਨ ਪਾਰਟਸ ਨੇ ਉਹ ਇੱਕ ਬੰਦਾ ਹੀ ਕਰੇ 1-on-1, ਤੇ ਪਿਛਲੇ ਆਪਣੇ ਯਾਰਡ ਚੋਂ ਸ਼ੁਰੂ ਕਰੋ, ਜਾਂ ਗਰਾਜ ਚੋਂ ਸ਼ੁਰੂ ਕਰੋ, ਜਾਂ ਕਿਸੇ ਘਰੋਂ ਅੰਦਰੋਂ ਕਮਰੇ ਚੋਂ ਕਰੋ ਜਿੱਥੇ ਤੁਸੀਂ ਹੀ ਹੋ, ਇਕੱਲੇ ਤੇ ਪੱਪੀ ਹੈ, ਉਹ ਬਹੁਤ ਛੇਤੀ ਸਿੱਖ ਜਾਏਗਾ। ਦੂਜੀ ਗੱਲ ਫਿਰ ਆਪਾਂ ਡਿਸਟੈਂਸ ਐਡ ਕਰ ਸਕਦੇ ਜੀ ਉਹਦੇ ਵਿੱਚ, ਫਿਰ ਐਂਡ ਆਫ ਦਾ ਲੀਸ਼ ਪਹਿਲਾਂ ਨੇੜੇ ਨੇੜੇ ਰਹਿ ਕੇ ਕਰਨਾ, 1-2 ਫੁੱਟ 3 ਫੁੱਟ ਦੇ ਫਾਸਲੇ ਚ, ਫਿਰ ਥੋੜੀ ਲੰਬੀ ਲੀਸ਼ ਲੈ ਕੇ ਆ ਜਾਓ, ਲੀਸ਼ ਤੇ ਹੀ ਕਰਾਂਗੇ ਪਹਿਲਾਂ ਸਾਰਾ ਕੁਝ, 8 ਫੁੱਟ ਦੀ ਲੀਸ਼ ਲਾ ਲਓ, 10 ਫੁੱਟ ਦੀ ਲੀਸ਼ ਲਾ ਲਓ, ਉਹਦੇ ਤੇ ਬਿਠਾ ਕੇ ਲੀਸ਼ ਦੇ ਐਂਡ ਦੇ ਉੱਤੇ ਆਪ ਤੁਸੀਂ ਜਦੋਂ ਉਹਨੂੰ ਕੰਮ ਕਹਿ ਕੇ ਕਾਲ ਕਰਦੇ ਹੋ, ਆਪਣੇ ਵੱਲ ਨੂੰ ਲਿਆਉਂਦੇ ਹੋ, ਨਹੀਂ ਉੱਠਦਾ ਬੱਚਾ ਡਾਊਨ ਚ, ਉਹਨੂੰ ਮੜ ਜਾ ਇੱਕ ਵਾਰੀ, ਥੋੜਾ ਜਿਹਾ ਖਿੱਚਣਾ, ਥੋੜੀ ਜਿਹੀ ਕੁਰੈਕਸ਼ਨ ਦੇਣੀ ਹੈ ਕਾਲਰ ਦੇ ਉੱਤੇ, ਉਹ ਆ ਜਾਏਗਾ ਤੁਹਾਡੇ ਵੱਲ, ਤੇ ਜਦੋਂ ਤੁਹਾਡੇ ਕੋਲ ਆ ਕੇ ਬੈਠ ਗਿਆ ਉਹਨੂੰ ਟ੍ਰੀਟ ਦਿਓ, ਡਿਸਟੈਂਸ ਐਡ ਕਰੋ। ਤੀਜੀ ਜਿਹੜੀ ਗੱਲ ਹੈ ਜੀ ਡਿਸਟਰੈਕਸ਼ਨ ਹੈ, ਡਿਸਟਰੈਕਸ਼ਨ ਐਡ ਕਰੋ ਲਾਸਟ ਦੇ ਵਿੱਚ। ਆਪਾਂ ਕੀ ਕਰਨ ਲੱਗਦੇ ਹਾਂ, ਪਬਲਿਕ ਪਲੇਸਿਸ ਦੇ ਵਿੱਚ ਜਾ ਕੇ ਕੁੱਤਾ ਟ੍ਰੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ,
ਉਧਰੋਂ ਸਾਡੇ ਬੱਚਿਆਂ ਦੀ ਸੌਕਰ ਗੇਮ ਚੱਲਦੀ ਆ, ਉਧਰੋਂ ਬੱਚਿਆਂ ਨੂੰ ਜਿਵੇਂ ਆਪਾਂ ਪਹਿਲਾਂ ਗਏ ਸਾਡੇ ਸਕੂਲ ਛੱਡਣ ਗਏ ਆ, 50 ਬੱਚੇ ਪੱਪੀ ਨੂੰ ਪੈਟ ਕਰ ਰਹੇ, ਆਪਾਂ ਉਹਨੂੰ ਸਿੱਟ ਸਟੇ ਉਦੋਂ ਕਰਾਉਣ ਦੀ ਕੋਸ਼ਿਸ਼ ਕਰਦੇ ਆ, ਆਪਾਂ ਸੋਚਦੇ ਭਾਈ ਦਿਖਾਈਏ, ਅਸੀਂ ਦਿਖਾਈਏ ਸ਼ੋ ਆਫ, ਅਸੀਂ ਕੀ ਕੁਛ ਕਰ ਸਕਦੇ, ਕੁੱਤਾ ਸਾਡਾ ਕੀ ਕਰਦਾ। ਉਹ ਡਿਸਟਰੈਕਸ਼ਨ ਵਾਲਾ ਫੇਸ ਜੀ ਉਹ 12-13 ਮਹੀਨੇ ਦਾ ਜਦੋਂ ਮੈਚੋਰ ਹੁੰਦਾ ਕੁੱਤਾ ਉਦੋਂ ਹੀ ਹੋ ਸਕਦਾ, ਪਹਿਲਾਂ ਨਾ ਕਰਾਓ, ਉਦੋਂ ਪਹਿਲਾਂ ਨਾ ਕਰਾਓ, ਕਿਉਂਕਿ ਉਹਨੇ ਕੁਛ ਕਰਨਾ ਨੀ, ਫਿਰ ਤੁਹਾਨੂੰ ਬੈਡ ਫੀਲ ਹੋਣਾ, ਤੁਸੀਂ ਜਾ ਕੇ ਆਪਣੇ ਆਪ ਦੇ ਉੱਤੇ ਹਾਰਡ ਹੋਰ ਹੋਣਾ, ਬੱਚੇ ਪੱਪੀ ਦੇ ਉੱਤੇ ਕੁੱਤੇ ਦੇ ਉੱਤੇ ਹਾਰਡ ਹੋਣਾ ਵੀ ਇਹਨੇ ਕੀਤਾ ਨੀ ਕੁਛ। ਸੋ ਉਹ ਡਿਸਟਰੈਕਸ਼ਨ ਜਿਹੜਾ ਪਾਰਟ ਲਾਸਟ ਹੈ, ਜਦੋਂ ਤੁਸੀਂ ਪਹਿਲਾਂ 1-on-1 ਕਰ ਲਿਆ, ਡਿਸਟੈਂਸ ਕਰ ਲਿਆ, ਫਿਰ ਡਿਸਟਰੈਕਸ਼ਨ ਲਾਸਟ ਦੇ ਵਿੱਚ ਐਡ ਕਰੋ। ਸੋ ਰੀਕਾਲ ਬਹੁਤ ਜ਼ਰੂਰੀ ਹੈ ਜੀ, ਸਿੱਟ ਦੇ ਨਾਲ ਡਾਊਨ ਦੇ ਨਾਲ ਨਾਲ ਰੀਕਾਲ ਵੀ ਉਸੇ ਵੇਲੇ ਸਟਾਰਟ ਕਰ ਦਿਓ, ਥੋੜਾ ਜਿਹਾ ਡਿਸਟੈਂਸ ਤੋਂ ਕੁੱਤੇ ਨੂੰ ਕਾਲ ਕਰਨ ਲੱਗ ਜਾਓ, ਤਾਂ ਕਿ ਕਿਤੇ ਕੱਲ ਨੂੰ ਐਂ ਨਾ ਹੋਵੇ ਬਾਹਰ ਕੁੱਤਾ ਗਿਆ ਨਿਕਲ ਜੇ, ਘਰੋਂ ਬਾਹਰ ਭੱਜ ਗਿਆ। ਬਿਲਕੁਲ, ਤੁਹਾਨੂੰ ਜਾਣੇ ਨਾ, ਤੁਸੀਂ ਮਗਰ ਭਾਈ ਦਾ ਕੁੱਤਾ ਹੋਰ ਅੱਗੇ ਅੱਗੇ ਭਾਈ ਦਾ ਬਹੁਤ ਬੜੀ ਅੰਬੈਰਸਿੰਗ। ਹਾਂਜੀ, ਉਹਨੂੰ ਗੱਡੀਆਂ ਆਉਂਦੀਆਂ, ਤੁਹਾਡਾ ਦਿਲ ਇੰਨਾ ਧੜਕਦਾ ਹੁੰਦਾ ਕਿਸੇ ਤਰ੍ਹਾਂ ਗੱਡੀ ਦੇ ਥੱਲੇ ਨਾ ਆ ਜੇ, ਜਾਂ ਤੁਹਾਨੂੰ ਐਂ ਲੱਗਦਾ ਹੁੰਦਾ ਕਿਸੇ ਦੇ ਮਗਰ ਹੋਰ ਨਾ ਭੱਜ ਜੇ, ਫੈਂਸ ਕਿਤੇ ਬਾਹਰ ਖੁੱਲੇ ਪਾਰਕ ਚੋ ਸਕੂਲ ਦੇ ਗਰਾਊਂਡ ਕਿਸੇ ਹੋਰ ਦੇ ਘਰ ਨਾ ਜਾ ਵੜੇ, ਕੋਈ ਹੋਰ ਪਿੱਛੇ ਕੁੱਤੇ ਲੈ ਕੇ ਲੋਕੀ ਫਿਰ ਰਹੇ ਨੇ, ਉੱਥੇ ਭੱਜ ਕੇ ਜਾ ਕੇ ਕਿਸੇ ਕੁੱਤਾ ਹੀ ਨਾ ਵੱਢ ਲੈ, ਜਾਂ ਇਹ ਕਿਸੇ ਨੂੰ ਨਾ ਵੱਢ ਲੈ। ਸੋ ਇਹ ਜਿਹੜੀ ਚੀਜ਼ਾਂ ਜੇ ਤੁਸੀਂ ਪਹਿਲਾਂ ਜਿਵੇਂ ਕਿਹਾ ਵੀ 1-on-1 ਕਰੋਗੇ ਆਪਦੇ ਬੈਕ ਯਾਰਡ ਸੱਦਣਾ, ਤੱਕਰ ਸਾਹਿਬ ਉਹਦਾ ਨਾਂ ਲੈ ਕੇ ਸੱਦਣਾ, ਹਾਂਜੀ ਆਲਵੇਜ਼ ਨਾਂ ਲੈ ਕੇ ਸੱਦਣਾ ਜੀ, ਪਰ ਜੇ ਤੁਸੀਂ ਪਹਿਲਾਂ ਮਿਹਨਤ ਕੀਤੀ ਹੋਈ ਹੈ ਤੁਸੀਂ ਉਹਨੂੰ ਕੰਮ ਕਹਿਣਾ ਤਾਂ ਉਹਨੇ ਆ ਜਾਣਾ, ਤੇ ਜੇ ਫਿਰ ਵੀ ਕਦੇ ਕੁੱਤਾ ਨਹੀਂ ਆਉਂਦਾ ਤੇ ਤੁਸੀਂ ਨਾ ਆਪੋਜ਼ਿਟ ਪਾਸੇ ਨੂੰ ਤੁਰਨ ਦੀ ਕੋਸ਼ਿਸ਼ ਕਰੋ, ਦੇਖੇ ਦੇਖੋ ਤੁਰਦਾ, ਹਾਂਜੀ ਪਿੱਛੇ ਨੂੰ ਆਪੋਜ਼ਿਟ ਪਾਸੇ ਨੂੰ ਤੁਰ ਜਾਓ, ਇਗਨੋਰ ਕਰਕੇ ਭੱਜ ਜਾਓ, ਫਿਰ ਤੁਹਾਡੇ ਪਿੱਛੇ ਭੱਜ ਕੇ ਆਏਗਾ। ਪਰ ਇਹ ਟ੍ਰੇਨਿੰਗ ਦਾ ਪਾਰਟ ਉਦੋਂ ਹੀ ਹੋ ਸਕਣਾ ਜਦੋਂ ਤੁਸੀਂ ਕਿਸੇ ਬਹੁਤ ਇਕੱਲੀ ਜਗ੍ਹਾ ਦੇ ਉੱਤੇ ਲਿਜਾ ਕੇ 1-on-1 ਕਿਸੇ ਖੇਤਾਂ 'ਚ ਲਿਜਾ ਕੇ ਫਾਰਮ 'ਤੇ ਲਿਜਾ ਕੇ ਉਹਨੂੰ ਛੱਡ ਦਿਓ 10 ਮਿੰਟ, ਕੁੱਤੇ ਨੂੰ ਆਪ ਆਪੋਜ਼ਿਟ ਪਾਸੇ ਨੂੰ ਤੁਰੋ, ਉਹਨੂੰ ਐਂ ਲੱਗਦਾ ਰਹਿੰਦਾ ਮੈਨੂੰ ਕਿਤੇ ਛੱਡ ਕੇ ਹੀ ਨਾ ਇੱਥੇ ਚਲਾ ਜਾਵੇ, ਫਿਰ ਭਾਈ ਦਾ ਉਹਦੇ ਹਮੇਸ਼ਾ ਲਈ ਦਿਮਾਗ 'ਚ ਇਹ ਬੈਠ ਜਾਂਦਾ ਵੀ ਮੈਨੂੰ ਇਹਨੇ ਛੱਡ ਕੇ ਚਲੇ ਜਾਣਾ ਜੇ ਮੈਂ ਦੂਰ ਚਲਾ ਗਿਆ। ਸੋ ਇਹ ਹਾਂਜੀ ਇਹ ਪ੍ਰੋਗਰਾਮ ਹੈ ਜੀ ਕੰਪਿਊਟਰ 'ਚ, ਉਹਦੇ ਹਿਸਾਬ ਨਾਲ ਫਿੱਟ ਕੀਤਾ ਹੋਇਆ, ਉਹਨਾਂ ਦੇ ਵੀ ਆਪਦਾ ਕੰਪਿਊਟਰ ਹੈ। ਸੋ ਤੁਸੀਂ ਉਹਦੇ ਨਾਲ ਖੇਡਦੇ ਰਹਿੰਦੇ ਹੋ, ਕਦੀ ਉਹਨੂੰ ਅੱਗੇ ਪਿੱਛੇ ਕਰਕੇ ਉਹਦੇ ਪ੍ਰੋਗਰਾਮ ਫਾਈਲ ਜਿਹੜੀਆਂ ਨੇ ਉਹ ਐਜ਼ ਅ ਗੁੱਡ ਟ੍ਰੇਨਰ ਤੁਸੀਂ ਜਾਣਦੇ ਹੋ। ਸੋ ਬਹੁਤ ਸਾਰੇ ਬੰਦਿਆਂ ਨੇ ਪੁੱਛਿਆ ਸੀ ਜੀ ਕੰਟੈਕਟ, ਮੈਂ ਲੋਕਲੀ ਰਹਿਣਾ ਜੀ ਲੈਂਗਲੀ ਦੇ ਵਿੱਚ, ਕੋਈ 197 ਤੇ 197 ਸਟਰੀਟ ਤੇ 80 ਐਵਨਿਊ ਦੇ ਕੋਲੇ ਲੈਂਗਲੀ ਇਵੈਂਟ ਸੈਂਟਰ ਦੇ ਕੋਲੇ ਆਪਣਾ ਘਰ ਹੈ ਜੀ, ਉੱਥੇ ਹੀ ਕੈਨਲਸ ਨੇ ਮੇਰੇ ਜੀ। ਸੋ ਮੇਰਾ ਕੰਟੈਕਟ 6047285120, ਬਿਲਕੁਲ ਇਹ ਮੇਰਾ ਸੈੱਲ ਹੈ ਜੀ, 604-728-5120। ਕਿਸੇ ਨੇ ਅੱਗੇ ਪਿੱਛੇ ਵੀ ਕਾਲ ਕਰਨੀ, ਮੈਨੂੰ ਬਹੁਤ ਸਾਰੇ ਮੈਸੇਜਿਸ ਆਏ, ਮੈਂ ਦੇਣਾ ਨਹੀਂ ਸੀ ਚਾਹੁੰਦਾ ਨੰਬਰ ਜੀ, ਪਰ ਬਹੁਤ ਸਾਰੇ ਮੈਸੇਜਿਸ ਆਏ ਆ ਮੈਸੇਂਜਰ ਜਾਂ ਫੇਸਬੁੱਕ ਤੇ ਭੇਜਦੇ ਪਏ, ਕੰਟੈਕਟ ਨਹੀਂ ਲੱਭਦਾ ਤੁਹਾਡਾ ਤੇ ਅਸੀਂ ਗੱਲ ਕਰਨੀ ਆ, ਅਸੀਂ ਮੈਸੇਜ ਨਹੀਂ ਕਰ ਸਕਦੇ, ਅਸੀਂ ਫੋਨ ਤੇ ਗੱਲ ਕਰਨਾ ਪ੍ਰੈਫਰ ਕਰਾਂਗੇ। ਸੋ ਇਸ ਨੰਬਰ ਤੇ ਕਦੀ ਵੀ ਕੰਟੈਕਟ 24 ਆਵਰ ਕਰ ਸਕਦੇ ਜੀ, ਸਮੇਂ ਦਾ ਖਿਆਲ ਰੱਖਿਓ, ਰਾਤ ਨੂੰ 2 ਵਜੇ ਮੈਂ ਨਹੀਂ ਆਨਸਰ ਕਰ ਸਕਾਂਗਾ ਕਾਲ, ਸਵੇਰੇ ਸ਼ਾਮ 2 ਜਾਂ 3 ਘੰਟੇ ਮੇਰਾ ਕੈਨਲ ਦਾ ਕੰਮ ਹੁੰਦਾ ਜੀ। ਸੋ ਮੈਂ ਆਪਦੇ ਵੀ ਕੁੱਤੇ ਟ੍ਰੇਡ ਕਰਨੇ ਹੁੰਦੇ, ਮੇਰੇ ਕੋਲ ਕੁਛ ਜ਼ਿੰਮੇਵਾਰੀਆਂ ਨੇ ਮੇਰੇ ਸਿਰ ਤੇ, ਪਰਿਵਾਰ ਦੀਆਂ ਜਾਂ ਹੋਰ ਗ੍ਰਸਤੀਆਂ ਜੀ। ਸੋ ਐਨੀ ਅਦਰ ਕੁਐਸਚਨਸ ਪਲੀਜ਼ ਫੀਲ ਫਰੀ, ਫੇਰ ਮੈਨੂੰ ਜਦੋਂ ਮਰਜ਼ੀ ਮੈਸੇਜ ਕਰੋ ਜੀ, ਤੁਹਾਡੇ ਕੋਲ ਮੇਰਾ ਵਟਸਐਪ ਜਾਂ ਇਸੇ ਨੰਬਰ ਤੇ ਵਟਸਐਪ ਚੱਲਦਾ ਜੀ, ਮੈਸੇਂਜਰ ਤੇ ਫੇਸਬੁੱਕ ਤਾਂ ਹੈ ਹੀ ਹੈ, ਤੇ ਬੁਲੀਆਂ ਲਈ ਪਾਕਿਸਤਾਨੀ ਬੁਲੀਜ਼ ਲਈ ਮਾੜਾ ਜਿਹਾ ਟੱਚ ਕਰਦਾ ਜੀ, ਕਿਸੇ ਨੇ ਬਹੁਤ ਕੁਐਸਚਨ ਪੁੱਛਿਆ ਜੀ ਪਾਕਿਸਤਾਨੀ ਬੁਲੀ ਕਿੱਥੋਂ ਆ ਗਏ ਜੀ ਵਿੱਚ, ਜਰਮਨ ਸ਼ੈਪਰਡ ਕਰਦੇ ਕਰਦੇ ਸਾਰੀ ਉਮਰ, ਮੈਂ ਜਰਮਨ ਸ਼ੈਪਰਡ ਡਿਟੈਕਸ਼ਨ ਡੌਗ ਜੀ ਟ੍ਰੇਨ ਕੀਤੇ, ਨਾਰਕੋਟਿਕਸ ਤੇ ਐਕਸਪਲੋਸਿਵਸ ਵਾਲੇ ਬੰਬ ਲੱਭਣ ਤੇ ਨਸ਼ਾ ਲੱਭਣ ਵਾਲੇ, ਤੇ ਬੁਲੀਆਂ ਦਾ ਸ਼ੌਕ ਵਿੱਚ ਕਿੱਥੋਂ ਪਾ ਲਿਆ। ਮੈਂ ਗਿੱਲ ਸਾਹਿਬ 2016 ਚ ਡੌਗ ਟ੍ਰੇਨ ਕਰਨ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਜੀ। ਅੱਛਾ ਜੀ, ਉੱਥੇ ਲਾਹੌਰ ਏਅਰਪੋਰਟ ਤੇ ਕੰਮ ਕਰ ਰਹੇ ਜੀ, ਕਰਾਚੀ ਰਾਵਲਪਿੰਡੀ ਆਪਣੇ ਕੁੱਤੇ ਕੰਮ ਕਰ ਰਹੇ ਆ, ਨਾਰਕੋਟਿਕਸ ਲੱਭ ਰਹੇ ਆ। ਸੋ ਉੱਥੇ ਜਾ ਕੇ ਰਹਿਣ ਦਾ ਕੁਛ ਸਮਾਂ ਮਿਲਿਆ ਜੀ, ਤੇ ਮੈਂ ਦੇਖਿਆ ਵੀ ਪਾਕਿਸਤਾਨੀ ਬੁਲੀ ਇੱਕ ਬਹੁਤ ਰੇਅਰ ਬਰੀਡ ਹੈ, ਸਾਰਿਆਂ ਨਾਲ ਪੁਰਾਣੀ ਆਪਣੀ ਅਸਰੀਆ ਸਿਵਲਾਈਜੇਸ਼ਨ ਤੋਂ 3-4 ਹਜ਼ਾਰ ਸਾਲ ਪੁਰਾਣੀ ਬਰੀਡ। ਵਾਹ, ਪਰ ਉੱਥੇ ਲੋਕਾਂ ਨੇ ਜਿਵੇਂ ਅਸੀਂ ਕਹਿੰਦੇ ਇੰਡੀਆ ਵਾਲਿਆਂ ਨੇ ਜਾਂ ਪਾਕਿਸਤਾਨ ਨੂੰ, ਸਾਡੇ ਵਰਗੇ ਹੀ ਉਹ ਲੋਕ ਨੇ ਮਿਕਸ ਕਰ ਕਰ, ਅਸੀਂ ਮਿਕਸ ਕਰ ਕਰਕੇ ਬਰੀਡ ਖਰਾਬ ਕਰਤੀ ਸੀ। 4 ਕਿਸਮਾਂ ਮੇਨ ਨੇ ਜੀ ਬੁਲੀ ਦੇ ਵਿੱਚ, ਤੁੱਲਾ ਹੈ ਜਿਹੜੀ ਓਰਿਜਿਨਲ ਬੁਲੀ ਸੀ, ਜਿਹਨਾਂ ਦੀ ਅੱਖਾਂ ਛੋਟੀਆਂ ਨੇ, ਰਿੰਕਲਸ ਨੇ, ਥੱਲੇ ਨੂੰ ਮਾਸ ਲਮਕਦਾ ਤੇ ਬਹੁਤ ਵੱਡੇ ਸਾਈਜ਼ ਦਾ ਕੁੱਤਾ। ਫਿਰ ਨਾਗੀ ਨੇ ਜੀ, ਥੋੜੇ ਜਿਹੇ ਬੁੱਲ ਖਿੱਚਵੇਂ ਨੇ, ਅੱਖਾਂ ਵੱਡੀਆਂ ਨੇ, ਉਹ ਮਿਕਸ ਕਰਕੇ ਬਣਾਤੀਆਂ ਜੀ। ਫਿਰ ਸਿੰਧੀ ਨੇ ਤੇ ਦੂਜੇ ਨੇ ਜੀ ਅਸੀਲ ਨੇ, ਅਸੀਲ
ਸੋ ਲੋਕਾਂ ਨੇ ਉੱਥੇ ਕੀ ਕੀਤਾ ਜੀ, ਪਾਕਿਸਤਾਨ ਵਿੱਚ ਜਿਵੇਂ ਇੰਡੀਆ 'ਚ ਕੀਤਾ ਜੀ, ਕੁੱਤੇ ਲੜਾਉਣ ਲੱਗ ਗਏ। ਲੜਾਉਣਾ ਇੱਕ ਮੇਰੇ ਹਿਸਾਬ ਨਾਲ ਤਾਂ ਬਹੁਤ ਗਲਤ ਸਪੋਰਟ ਹੈ ਜੀ। ਬਿਲਕੁਲ ਜੀ ਬਿਲਕੁਲ, ਕਿਹੜੀ ਗੱਲ ਆ ਉਹ, ਬੜਾ ਜ਼ਾਲਮਾਨਾ ਤਰੀਕਾ ਜੀ ਉਹ। ਸੋ ਉਹ ਲੜਾਉਣ ਦੀ ਖਾਤਰ ਜੀ ਉਹਨਾਂ ਨੂੰ ਪਿੱਟ ਬੋਲ ਦੇ ਨਾਲ ਤੇ ਗੋਲਡ ਟੇਰੀਅਰ ਨਾਲ ਮਿਕਸ ਕਰਨ ਲੱਗ ਗਏ, ਜਿਹੜੇ ਓਰਿਜਿਨਲ ਤੁੱਲਾ ਬਰੀਡ ਸੀ, ਓਰਿਜਿਨਲ ਛੋਟੀਆਂ ਅੱਖਾਂ ਵਾਲੇ, ਮਾਸ ਲਮਕਾਉਣ ਵਾਲੇ, ਸੋਹਣੇ ਸਾਈਜ਼ ਵਾਲੇ, ਬਹੁਤ ਸੋਹਣੇ ਕੁੱਤੇ ਜੀ। ਹਾਂਜੀ, ਉਹ ਖਤਮ ਕਰਤੇ ਜੀ ਉੱਥੋਂ। ਜਿੱਦਣ ਮੈਂ ਪਾਕਿਸਤਾਨ 2016 ਚ ਮੈਂ ਫਿਰ ਕੇ ਪਿੰਡਾਂ ਦੇ ਵਿੱਚ 28 ਦਿਨ ਰਹਿ ਕੇ ਇਹ ਕੁੱਤੇ ਲੱਭੇ, ਮੈਨੂੰ ਮਸਾ ਗਿਣਤੀ ਦੇ 20 ਕੁੱਤੇ ਦੇਖੇ ਜੀ ਸਾਰੇ ਪਾਕਿਸਤਾਨ ਚ ਜਿਹੜੇ ਓਰਿਜਿਨਲ ਰਹਿ ਗਏ ਸੀ। ਕਮਾਲ, ਕਿਸੇ ਪਿੰਡਾਂ ਚ ਮੈਂ ਨਾ ਜਾ ਸਕਿਆ ਹਾਂ, ਬਹੁਤ ਦੂਰ ਦਾ ਪਤਾ ਨੀ, ਪਰ ਜਿੱਥੇ ਜਿਸੇ ਕਿਸੇ ਨੇ ਦੱਸਿਆ ਉੱਥੇ ਲੋਕਲ ਸ਼ਿਕਾਰੀਆਂ ਨਾਲ ਮਿਲ ਕੇ। ਸੋ ਉਹਨਾਂ ਦੇ ਵਿੱਚੋਂ ਮੈਂ 4 ਕੁੱਤੇ ਵਾਪਸ ਇੱਥੇ ਕੈਨੇਡਾ ਲੈ ਆਇਆ ਜੀ। ਕਿਸੇ ਸ਼ਿਪਿੰਗ ਵਾਲਾ ਵਿੱਚੋਂ ਇਹੋ ਜਿਹਾ, ਫਿਰ ਆਪਣੇ ਬੰਦੇ ਬਹੁਤੇ ਓਨੈਸਟ ਨਹੀਂ, ਸ਼ਿਪਿੰਗ ਵਾਲਾ ਇਹੋ ਜਿਹਾ ਮਿਲ ਗਿਆ, 2 ਕੁੱਤੀਆਂ ਇੱਥੇ ਆ ਕੇ ਮਰ ਗਈਆਂ ਜੀ, ਉਹ ਬਚਾ ਨਾ ਸਕਿਆ। ਪਰ ਹੁਣ ਮੇਰੇ ਕੋਲ ਬਰੀਡਿੰਗ ਸਟਾਕ ਹੈ ਜੀ 2, ਉਹਨਾਂ ਦੇ ਵਿੱਚੋਂ ਪਿਛਲੇ 3 ਸਾਲਾਂ 'ਚ ਮਿਹਨਤ ਕਰਕੇ ਜੀ, ਬਹੁਤ ਟਾਪ ਆਫ ਦਾ ਲਾਈਨ, ਹਾਂਜੀ, ਕੋਈ 20 ਬੱਚੇ ਤਿਆਰ ਕਰਕੇ ਜੀ, ਮੈਂ 5 ਬੱਚੇ ਉਹਨਾਂ 'ਚੋਂ ਟੋਰਾਂਟੋ ਨੇ, ਪੋਰਟੋਰੀਕੋ, ਕੋਸਟਾਰੀਕਾ, ਅਰਜਨਟੀਨਾ, ਮਤਲਬ ਸਾਰੇ ਹੀ ਨੌਰਥ ਅਮੈਰੀਕਾ ਦੇ ਵਿੱਚ ਉਹ ਬੱਚੇ ਭੇਜਤੇ ਜੀ, 11 ਦੋਸਤਾਂ ਕੋਲ। ਤਕਰੀਬਨ ਮੈਂ ਆਪਣੀ ਕੋਸਟ ਹੀ ਕਵਰ ਕੀਤੀ ਉਹਨਾਂ ਦੇ ਤੇ, ਪਰ ਬਰੀਡ ਸੇਵ ਕਰਤੀ ਜੀ। ਸੋਹਣੇ ਵੀ ਨੇ ਜੀ, ਪਰ ਜਿਵੇਂ ਕਹਿੰਦੇ ਲੋਕ ਬਈ ਇਹ ਮਾੜੇ ਨੇ, ਡਰਦਾ ਬੰਦਾ ਜਦੋਂ, ਤਾਂ ਰੋਹ ਬਹੁਤ ਆ ਡੌਗ ਦਾ। ਹਾਂਜੀ, ਰੋਹ ਬਹੁਤ ਆ ਜੀ, ਬਹੁਤ ਸੋਹਣੇ ਕੁੱਤੇ ਨੇ। ਜੇ ਓਰਿਜਿਨਲ ਤੁਸੀਂ ਬਰੀਡ ਜਾਂ ਤੁਸੀਂ ਪਿਓਰ ਬਰੈਡ ਰੱਖੇ ਹੋਏ ਨੇ, ਪਿਓਰ ਬਰੈਡ ਨੇ ਜੀ ਉਹ, ਇਸ ਕਰਕੇ ਪਾਕਿਸਤਾਨੀ। ਉਹ ਮੇਰਾ ਇੱਕ ਪ੍ਰੋਜੈਕਟ ਸੀ ਜੀ, ਕਹਿ ਲਓ ਬਰੀਡ ਨੂੰ ਸੇਵ ਕਰਨ ਦਾ, ਤੇ ਮੈਂ ਉਸ ਪਾਸੇ ਲੱਗਿਆ ਹੋਇਆ ਸੀ। ਸੋ ਉਹਦੇ ਵਿੱਚੋਂ ਅੱਗੋ ਕੋ 20-25 ਕੁ ਬੱਚੇ ਤਿਆਰ ਹੋਏ ਹੋਏ ਨੇ ਜੀ। ਸੋ ਜਿਹੜੇ ਆਲ ਓਵਰ ਨੌਰਥ ਅਮੈਰੀਕਾ ਨੇ ਹੁਣ, ਤੇ ਬਹੁਤ ਵਧੀਆ ਬੱਚੇ ਤਿਆਰ ਹੋ ਰਹੇ ਨੇ, ਵਿੱਚੋਂ 1.5-1.5 ਸਾਲ ਦੇ ਬੱਚੇ ਹੋ ਗਏ ਹੁਣ। ਸੋ ਅਸੀਂ, ਮੈਂ ਮਾਣ ਮਹਿਸੂਸ ਕਰਦਾ ਜੀ ਇਸ ਗੱਲ ਲਈ ਤੇ, ਅਸੀਂ ਹੁਣ ਬਰੀਡ ਸੇਵ ਕਰ ਲਈ, ਅਸੀਂ ਉਹ ਪਾਕਿਸਤਾਨ ਤੇ ਇੰਡੀਆ ਚੋਂ ਬਰੀਡ ਕੱਢ ਕੇ ਇੱਥੇ ਨੌਰਥ ਅਮੈਰੀਕਾ ਚ ਲੈ ਆਏ ਆ। ਸੋ ਇੱਥੇ ਹੁਣ ਬੱਚੀ ਰਹੇਗੀ ਬਰੀਡ, ਆਪਣੇ ਕੋਲ, ਹਾਂਜੀ ਆਪਣੇ ਕੋਲ ਓਰਿਜਿਨਲ ਨੇ ਜੀ, ਜਿਹੜੇ ਹੁਣ ਅਸਲੀ ਤੁਲਾ ਜੀ, ਛੋਟੀਆਂ ਅੱਖਾਂ ਤੇ ਲਮਕਦਾ ਮਾਸ ਜੀ। ਬਿਲਕੁਲ, ਸੋਹਣੇ ਵੀ ਨੇ ਜੀ ਦੋਨੇ, ਰੰਗ ਵਨ, ਪਰ ਉਹਨਾਂ ਨੂੰ ਦੇਖ ਕੇ ਇਉਂ, ਜਿਵੇਂ ਮੈਂ ਫਸਟ ਟਾਈਮ ਦੇਖਿਆ, ਮੈਨੂੰ ਇਉਂ ਨਹੀਂ ਲੱਗਿਆ ਵੀ ਇਹਨੂੰ ਪੈਟ ਦੇ ਤੌਰ ਤੇ ਤੁਸੀਂ ਰੱਖ ਸਕਦੇ। ਜਦ ਤੁਸੀਂ ਮੈਨੂੰ ਕਰੈਕਟ ਕੀਤਾ ਵੀ ਇਹਦਾ ਸਾਊ ਤੇ ਹੰਬਲ ਇੰਨੇ ਨੇ, ਵੀ ਇਹਨਾਂ ਨੂੰ ਕੋਈ ਤੰਗੀ ਹੋ ਨਹੀਂ, ਜਿਵੇਂ ਮਰਜ਼ੀ ਖੇਲੀ ਚਲੋ, ਕੁਛ ਕਰੀ ਚਲੋ। ਹਾਂਜੀ, ਮੇਰੇ ਉੱਥੇ ਸਾਡੇ ਆਏ ਤਾਂ ਟੈਨੈਂਟ ਸੀ, ਪਰ ਮੇਰਾ ਪਰਿਵਾਰ ਹੀ ਹੈ ਜੀ, ਉਹ ਵੀ ਵਿੱਚ ਹੀ, ਅਸੀਂ ਇਕੱਠੇ ਹੀ ਰਹਿੰਦੇ। ਸੋ ਉਹਨਾਂ ਦਾ 2.5 ਸਾਲ ਦਾ ਬੱਚਾ, ਉਹ ਉਹਨੂੰ ਨਾ ਰਾਈਡ ਕਰਦਾ ਜਿਵੇਂ ਘੋੜੇ ਦੇ ਉੱਤੇ ਬੈਠ ਕੇ, 2.5 ਸਾਲ ਦਾ ਬੱਚਾ। ਕੁੱਤਾ ਬਹੁਤ ਵੱਡਾ, 36 ਇੰਚ ਉਹਦੀ ਮੋਢਿਆਂ ਤੇ ਹਾਈਟ ਹੈ, ਵਿਦਰਸ ਦੇ ਉੱਤੇ 3 ਫੁੱਟ ਤੋਂ ਉੱਚਾ ਹੈ ਉਹ। ਸੋ ਉਹਦੇ ਉੱਤੇ ਬੈਠ ਜਾਂਦਾ ਜਿਵੇਂ ਮਿਨੀਏਚਰ ਘੋੜੇ ਤੇ ਬੈਠੀ ਦਾ, ਗੋਰੇ ਦੇਖਣ ਆਉਂਦੇ ਕਹਿੰਦੇ ਆ ਤਾਂ ਮਿੰਨੀ ਹੋਰਸ ਰੱਖਿਆ ਹੋਇਆ ਤੁਸੀਂ। ਸੋ ਸੋਹਣੇ ਬਹੁਤ ਨੇ, ਸੋਹਣੇ ਨੇ ਜੀ, ਬਹੁਤ ਸਾਊ ਨੇ। ਪਤਾ ਨੀ ਜਦੋਂ ਵੀ ਤੁਸੀਂ ਗੂਗਲ ਤੇ ਜਾਂਦੇ, ਯੂਟਿਊਬ ਤੇ, ਲੋਕੀ ਪਾਕਿਸਤਾਨੀ ਬੋਲੀ ਪਹਿਲਾਂ ਪਾਉਂਦੇ ਸੀ, ਤਾਂ ਨਾਲ ਦੀ ਨਾਲ ਹੀ ਨਾ ਜੀ ਫਾਈਟਿੰਗ ਦੀਆਂ ਵੀਡੀਓਜ਼ ਨਿਕਲ ਆਉਂਦੀਆਂ ਸੀ। ਹਮੇਸ਼ਾ ਦੇਖਦੇ ਹੋ ਤੁਸੀਂ, ਉਹ ਲੱਗਦਾ ਕੁੱਤੇ ਲੜਾਉਣ ਦਾ ਹੀ ਕੰਮ ਹੈ, ਪਰ ਉਹ ਲੜਾਉਣ ਵਾਲੀ ਬਰੀਡ ਨਹੀਂ, ਉਹ ਸਾਂਭਣ ਵਾਲੀ ਬਰੀਡ ਸੀ, ਸਾਂਭੀ ਗਈ। ਬੜੀ ਪ੍ਰੋਟੈਕਟਿਵ ਨੇ ਜੀ, ਬਹੁਤ ਵੈਰੀ ਪ੍ਰੋਟੈਕਟਿਵ, ਬਹੁਤ ਗਾਰਡ ਡੌਗ, ਬਹੁਤ ਚੰਗਾ ਜੀ ਉਹ। ਮੇਨਟੇਨੈਂਸ ਉਹਦੀ ਬਹੁਤ ਘੱਟ ਹੈ, ਜਦੋਂ ਲਿਆਉਣ ਤੋਂ ਪਹਿਲਾਂ ਅਸੀਂ ਸੋਚਦੇ ਸੀ ਭਈ ਉਹ ਪਾਕਿਸਤਾਨ ਵਰਗੇ ਹੌਟ ਵੈਦਰ ਚੋਂ, ਇੰਡੀਆ ਵਰਗੇ ਗਰਮੀ ਵਾਲੇ ਵੈਦਰ ਚੋਂ ਇੱਥੇ ਲਿਆ ਕੇ ਪਤਾ ਨੀ ਨੌਰਥ ਅਮਰੀਕਾ ਚ ਕੱਟੂਗਾ ਕਿ ਨਹੀਂ। ਪਰ 5 ਬੱਚਿਆਂ ਦੀ ਸਕਸੈਸ ਟੋਰਾਂਟੋ ਦੇ ਵਿੱਚ ਦੇਖ ਕੇ, 2 ਬੱਚੇ ਹੈਲਫੈਕਸ ਨੇ, ਇੱਕ ਨੋਵਾ ਸਕੋਸ਼ੀਆ ਚ ਹੈ ਜੀ, ਪ੍ਰਿੰਸ ਐਡਵਰਡ ਆਈਲੈਂਡ ਇੱਕ ਬੱਚਾ ਭੇਜਿਆ ਹੈ, ਉੱਥੇ ਮਾਈਨਸ ਰਹਿੰਦਾ ਜੀ, -40-45 ਦੇ ਵਿੱਚ ਵੀ ਕੁੱਤਾ ਵਧੀਆ। ਪਾਮ ਡੈਜ਼ਰਟ ਆਪਾਂ ਹੈ ਜੀ ਕੈਲੀਫੋਰਨੀਆ, ਉੱਥੇ ਵੀ ਭੇਜਿਆ ਹੋਇਆ ਜੀ ਬੱਚਾ, ਉੱਥੇ 53-54 ਹੋ ਜਾਂਦਾ ਟੈਂਪਰੇਚਰ, ਉੱਥੇ ਵੀ ਵਧੀਆ ਕਾਮਯਾਬ। ਵੈਰੀ ਗੁੱਡ, ਸੋ ਵੈਰੀ ਵਰਸਟਾਈਲ ਡੌਗ, ਹਰ ਪਾਸੇ ਹੀ ਕਾਮਯਾਬ। ਆਊਟਸਾਈਡ ਡੌਗ ਆ, ਆਊਟਸਾਈਡ, ਹਾਂਜੀ, ਥੋੜਾ ਅੰਦਰ ਰੱਖ ਕੇ ਫਿਰ, ਹਾਂਜੀ ਥੋੜਾ ਰੱਖ ਕੇ ਬਾਹਰ, ਉਹ ਆਪ ਹੀ ਬਾਹਰ ਰਹਿ ਕੇ ਰਾਜੀ ਆ ਜੀ ਬਰੀਡ, ਉਹ ਅੰਦਰ ਬਾਹਰ ਵਾਲੀ ਹੋਈ ਹੈ, ਥੋੜਾ ਚਿਰ ਅੰਦਰ ਆਉਂਦਾ, ਬਹੁਤ ਚਿਰ ਬਾਹਰ ਰਹਿੰਦੇ ਨੇ ਉਹ। ਬਿਲਕੁਲ, ਥੈਂਕ ਯੂ ਬਾਈ ਜੀ, ਗੱਲਬਾਤ ਕਰਕੇ ਬੜਾ ਆਨੰਦ ਆਉਂਦਾ ਹੈ। ਡੌਗ ਲਵਰ ਦੇ ਨੂੰ ਸੁਣ ਕੇ, ਜਿਨ੍ਹਾਂ ਨੇ ਵਰ੍ਹਿਆਂ ਤੋਂ ਡੌਗ ਰੱਖੇ ਹੋਏ ਨੇ, ਉਹ ਬਹੁਤ ਸੁਨੇਹੇ ਵਧੀਆ ਭੇਜਦੇ ਆ। ਅਗਲੇ ਵੀਰਵਾਰ ਆਪਣਾ ਸੈਗਮੈਂਟ ਨਹੀਂ ਹੋਣਾ, ਮੈਂ ਹੋਣਾ ਨਹੀਂ ਇੱਥੇ, ਉਦੋਂ ਨੈਕਸਟ ਵੀਰਵਾਰ ਆਪਾਂ ਗੱਲਬਾਤ ਕਰਾਂਗੇ। ਧੰਨਵਾਦ ਗਿੱਲ ਸਾਹਿਬ, ਮਿਹਰਬਾਨੀ ਜੀ, ਸ਼ੁਕਰੀਆ ਤੁਹਾਡਾ ਟਾਈਮ ਦੇਣ ਲਈ, ਤੁਹਾਡੀ ਮੈਨੇਜਮੈਂਟ ਦਾ, ਰੇਡੀਓ KRPI ਦਾ।
ਸੋ ਬਹੁਤ ਬਹੁਤ ਧੰਨਵਾਦ ਜੀ ਸੁਣਨ ਵਾਲਿਆਂ ਦਾ ਜਿਹਨਾਂ ਨੇ ਮੈਸੇਜਸ ਕੀਤੇ ਨੇ। ਐਸ ਵੀ ਅਗਲੇ ਵੀਰਵਾਰ ਤੇ ਨਈ ਸੈਗਮੈਂਟ, ਉਦੋਂ ਅਗਲੇ ਵੀਰਵਾਰ ਜੀ ਆਪਾਂ ਓਵਰ ਦਾ ਕਾਊਂਟਰ ਨਾਲ ਮੈਡੀਸਿਨ ਦੀ ਗੱਲ ਕਰਾਂਗੇ, ਜਨਰਲ ਹੈਲਥ ਦੀ ਗੱਲ ਕਰਾਂਗੇ। ਭਈ ਹਰ ਵਾਰੀ ਸਾਨੂੰ ਜਿਹੜੀ ਕਈ ਚੀਜ਼ਾਂ ਆਪਣੇ ਰਸੋਈ ਦੇ ਵਿੱਚ ਹੀ ਨੇ, ਵਟਨੇਰੀਅਨ ਦੇ ਭੱਜਣਾ ਦਾ ਪਵੇ, ਹਾਂਜੀ ਬਹੁਤ ਸਾਰੀਆਂ ਚੀਜ਼ਾਂ ਨੇ, ਕੁੱਤਿਆਂ ਨੂੰ ਰੱਟੀਆਂ ਲੱਗਦੀਆਂ ਨੇ, ਕੁਛ ਹੋਰ ਉਲਟੀਆਂ ਕਰਦਾ, ਮਾਮੂਲੀ ਗੱਲਾਂ ਨੇ। ਸੋ ਆਪਾਂ ਘਰ ਦੇ ਵਿੱਚ ਹੀ ਦੇਸੀ ਨੁਸਖੇ ਜਿਹੜੀ ਆਯੁਰਵੈਦਿਕ ਕਹਿੰਦੇ ਉਹ ਕੀ ਦੇ ਸਕਦੇ, ਜਿਹੜੀ ਘਰ ਚ ਹੀ ਚੀਜ਼ ਪਈ ਆ ਉਹਦੇ ਨਾਲ ਹੀ ਆਰਾਮ ਆ ਜਾਵੇ, ਜਾਂ ਓਵਰ ਦਾ ਕਾਊਂਟਰ ਜਿਹੜੀਆਂ ਬੱਚਿਆਂ ਵਾਲੀਆਂ ਆਪਣੀਆਂ ਦਵਾਈਆਂ ਨੇ ਜਾਂ ਆਪਣੀ ਹਿਊਮਨ ਗ੍ਰੇਡ ਦਵਾਈਆਂ ਨੇ ਉਹਨਾਂ ਨਾਲ ਹੀ ਕਿਵੇਂ ਸਾਰਿਆ ਜਾ ਸਕਦਾ, ਜਨਰਲ ਹੈਲਥ ਕਿਵੇਂ ਮੇਨਟੇਨ ਰੱਖਣੀ ਆ ਉਹਦੇ ਬਾਰੇ ਗੱਲ ਕਰਾਂਗੇ ਜੀ। ਬਿਲਕੁਲ ਜੀ, ਥੈਂਕ ਯੂ, ਧੰਨਵਾਦ।